ਉਹਨੂੰ ਅੱਜ ਪਤਾ ਲੱਗਾ ਕਿ ਮੈਨੂੰ ਮੰਗਣਾ ਪੈਣਾ ਕਿਹਦੇ ਕੋ ਪਰਮੇਸ਼ਰ ਅੱਜ ਉਹਨੂੰ ਪਤਾ ਲੱਗਾ ਮੈਨੂੰ ਪਰਮੇਸ਼ਰ ਕੋਲੋਂ ਮੰਗਣਾ ਸੀ ਔਲਾਦ ਕੌਣ ਦਿੰਦਾ ਹੈ ਸਾਰੇ ਬੋਲੋ ਔਲਾਦ ਕਿਹਦੇ ਵੱਲੋਂ ਹੈ ਪਿਛਲੀ ਵਾਰ ਕੁਛ ਲੋਕਾਂ ਲਈ ਪ੍ਰਾਰਥਨਾ ਕੀਤੀ ਸੀ ਜਿਨ੍ਹਾਂ ਦੇ ਬੇਬੀ ਜਾਂ ਬੱਚੇ ਨਹੀਂ ਹਨ ਅੱਜ ਸੁਣੋ ਫਿਰ ਇੱਕ ਵਾਰੀ ਔਲਾਦ ਕਿਹਨੇ ਦੇਣੀ ਹੈ ਬੱਚੇ ਕਿਹਦੇ ਵੱਲੋਂ ਮਿਲਦੇ ਹਨ ਪਾਸਟਰ ਨੇ ਤਰੀਕਾ ਦੱਸਣਾ ਵੀ ਤੈਨੂੰ ਰੱਬ ਕੋਲ ਮਿਲਣਾ ਕਿਹਦੇ ਕੋਲ ਮਿਲਣਾ ਤੇ ਮੂੰਹ ਕਿਹਦੇ ਲਈ ਖੋਲਣਾ ਫਿਰ ਕਿਹਨੂੰ ਕਹਿਣਾ ਮੈਂ ਮੇਰੇ ਖਿਆਲ ਚ ਜਿਹੜੀਆਂ ਪੰਜ ਛੇ ਔਰਤਾਂ ਲਈ ਦੁਆ ਕੀਤੀ ਤੇ ਉਹ ਘਰ ਜਾ ਕੇ ਆਰਾਮ ਨਾਲ ਸੁੱਤੀਆਂ ਰਹੀਆਂ ਕਿ ਛੇ ਦਿਨ ਚਲੋ ਪਾਦਰੀ ਨੇ ਕਹਿ ਦਿੱਤਾ ਸੀ ਦੇਖ ਸੁਣੋ ਇੱਕ ਭੇਤ ਦੀ ਗੱਲ ਸਿੱਧੂ ਸਾਹਿਬ ਜਦੋਂ ਕਿਸਾਨ ਬੀਜ ਬੀਜ ਦਿੰਦਾ ਹੈ ਫਿਰ ਸੌ ਜਾਂਦਾ ਆ ਕੇ ਗੱਲ ਹੈਲੋ ਕਿਸਾਨ ਬੀਜ ਬੀਜ ਕੇ ਸੌ ਜਾਂਦਾ ਤੁਸੀਂ ਆਪਣੀ ਕੁੜੀ ਦਾ ਵਿਆਹ ਰੱਖ ਕੇ ਬਾਅਦ ਚ ਸੌ ਜਾਂਦੀ ਆ ਕੀ ਕਰਦੀ ਹੈ ਬਾਅਦ ਬੋਲੋ ਕੀ ਕਰਦੀ ਹੈ ਮੁੰਡੇ ਨੇ ਲੈਣ ਆਉਣਾ ਕੁੜੀ ਨੂੰ ਦੂਲੇ ਤੇ ਇਹਦੇ ਕੱਪੜੇ ਸਵਾਓ ਜੇ ਕਰੋ ਸੋਨਾ ਬਣਾਓ ਸੌ ਜਾਂਦੀ ਹੈ ਕੁੜੀ ਜੰਮ ਜਾ ਤਾਂ ਨੀਂਦ ਕੀ ਹੋ ਜਾਂਦੀ ਤੁਹਾਡੀਆਂ ਕੁੱਖਾਂ ਪ੍ਰਭੂ ਨੇ ਖੋਲ ਦਿੱਤੀਆਂ ਸੀ ਪਰ ਤੁਸੀਂ ਆਰਾਮ ਨਾਲ ਸੁੱਤੀਆਂ ਪਈਆਂ ਕਿੱਦਾਂ ਔਰ ਖੁਦਾ ਦੇ ਕਲਾਮ ਚ ਇੱਦਾਂ ਲਿਖਿਆ ਜਦੋਂ ਚੰਗਾ ਬੀਜ ਜ਼ਮੀਨ ਚ ਬੀਜਿਆ ਓਏ ਜਦੋਂ ਜ਼ਮੀਨ ਚ ਕਿਹੜਾ ਬੀਜ ਬੀਜਿਆ ਤੇ ਚੰਗਾ ਬੀਜ ਬੀਜ ਕੇ ਕਿਸਾਨ ਕੀ ਹੋ ਗਿਆ ਤੇ ਫਿਰ ਸ਼ੈਤਾਨ ਕੌਣ ਆ ਉਹ ਵਿੱਚ ਆ ਕੇ ਕੀ ਸਿੱਟ ਗਿਆ ਜੰਗਲੀ ਬੂਟੀ ਦੱਸੋ ਵਿੱਚ ਕੀ ਸਿੱਟ ਗਿਆ ਉਹ ਫਿਰ ਕਿੱਦਾਂ ਦੀ ਹੋਊਗੀ ਫਸਲ ਫਿਰ ਫਸਲ ਦਾ ਸੁਭਾਅ ਜੰਗਲੀ ਹੋ ਅਲਲੀ ਮਿਲੀ ਫਸਲ ਸਹੀ ਹੋਣੀ ਕਿਉਂਕਿ ਕਿਸਾਨ ਕੀ ਹੋ ਗਿਆ ਸੀ ਸੁਣੋ ਮੈਂ ਕੀ ਕਹਿਣਾ ਚਾਹੁੰਦਾ ਰੱਬ ਨੇ ਤੈਨੂੰ ਬਰਕਤ ਦਿੱਤੀ ਸੀ ਦੇਖੀ ਕਿਤੇ ਸ਼ੈਤਾਨ ਦੀਆਂ ਗੱਲਾਂ ਨਾ ਵਿੱਚ ਮਿਕਸ ਕਰਾ ਲਓ ਰੱਬ ਨੇ ਤੇਰੀ ਕੁੱਖ ਖੋਲੀ ਸੀ ਦੇਖੀ ਕਿਤੇ ਦੁਸ਼ਤੀਆਂ ਕਲਾਂ ਵਿੱਚ ਲੈ ਜਾਈ ਮੈਂ ਕੱਲ ਪੜ੍ਹਦਾ ਪਿਆ ਸੀ ਉਹ ਜਿਹਨੇ ਉਹ ਡਾਕਟਰ ਸਾਹਿਬ ਬੋਲਦੀ ਜਦੋਂ ਔਰਤ ਪ੍ਰੈਗਨੈਂਟ ਹੁੰਦੀ ਹੈ ਤਾਂ ਉਹ ਪਰੇਸ਼ਾਨ ਨਹੀਂ ਹੋਣੀ ਚਾਹੀਦੀ ਉਹ ਪਰੇਸ਼ਾਨ ਉਹਨੂੰ ਚਿੰਤਾ ਕਰਨੀ ਕਿਉਂਕਿ ਇਹਨਾਂ ਸਾਰੀਆਂ ਗੱਲਾਂ ਦਾ ਪ੍ਰਭਾਵ ਬੱਚੇ ਤੇ ਉਹ ਖੁਸ਼ ਰਹਿਣੀ ਉਹਦੀ ਖੁਰਾਕ ਚੰਗੀ ਹੋਣੀ ਉਹਦੀ ਖੁਰਾਕ ਸਹੀ ਮਿਲੇ ਬੱਚੇ ਨੂੰ ਕੁਛ ਹੁਣ ਤੁਹਾਡੇ ਅੰਦਰ ਪ੍ਰਭੂ ਨੇ ਆਪਣੇ ਬੱਚਨ ਦੇ ਨਾਲ ਬੀਜ ਤਾਂ ਰੱਖ ਦਿੱਤਾ ਹੈ ਪਰ ਤੁਸੀਂ ਸੌ ਗਈ ਆ ਬੱਚ ਤੇ ਚੰਗੀ ਖੁਰਾਕ ਕੀ ਸੀ ਬੱਚੇ ਲਈ ਜਿਹੜਾ ਤੇਰੀ ਕੁੱਖ ਦੇ ਵਿੱਚ ਹੈ ਉਹ ਸੀ ਖੁਦਾ ਦਾ ਕਲਾਮ ਖਾਂਦੇ ਦੀਆਂ ਗੋਲ ਗੱਪੇ ਟਿੱਕੀਆਂ ਚਾਟ ਮਸਾਲਾ ਮਾਂ ਤੇ ਹੁਣ ਏਦਾਂ ਦਾ ਕਰ ਮਾਫ਼ ਕਰ ਬੋਲੋ ਜਦੋਂ ਏਦਾਂ ਦੀ ਅਵਸਥਾ ਆਉਂਦੀ ਨਾ ਦੇਖੋਗੇ ਤਾਂ ਸੂੜਾ ਦੀ ਗੱਲ ਸਾਬਤ ਕਰਦਾ ਜਦੋਂ ਪੇਟ ਚ ਬੱਚਾ ਚਲੇ ਗਿਆ ਅੱਛਾ ਬੀਜ ਬੀਜ ਦਿੱਤਾ ਤੇ ਮਾਂ ਦਾ ਪਤਾ ਦਿਲ ਕੀ ਖੰਡ ਕਰਦਾ ਉਹਦੇ ਵਿੱਚ ਜੋ ਮਰਜ਼ੀ ਲਿਆ ਕੇ ਰੱਖ ਦਿਓ ਉਹਦਾ ਦਿਲ ਖਾਂਦਾ ਮਿੱਟੀ ਕੀ ਖਾਣੀ ਮੋਤੀਆਂ ਦਾ ਕੁਛ ਪਤਾ ਅਸੀਂ ਤੇ ਮਿੱਟੀ ਖਾਵਾਂਗੇ ਕੀ ਖਾਵਾਂਗੇ ਜਿਹੜਾ ਜੰਮਣਾ ਵੀ ਉਹਨੇ ਕੀ ਖਾਣਾ ਤੇ ਮਿੱਟੀ ਉਹਨੇ ਕਿਹਨੂੰ ਗਿਆ ਸੀ ਖਾਣ ਨੂੰ ਉਤਪਤੀ ਆਪਾਂ ਅੱਗੇ ਫਿਰ ਪੈਦਾ ਹੋਣਾ ਸੱਪ ਨੂੰ ਸ਼ਰਾਬ ਕੀ ਦਿੱਤਾ ਸੀ ਤੂੰ ਮਿੱਟੀ ਖਾਈ ਜਾਂ ਚੱਟੇ ਤੇ ਬੰਦੇ ਨੇ ਕੀ ਬਣਾਇਆ ਸੀ ਸਾਗ ਪੱਤ ਬੰਦੇ ਨੇ ਕੀ ਬਣਾਇਆ ਸੀ ਬੋਲੋ ਬੰਦੇ ਨੇ ਕੀ ਬਣਾਇਆ ਸੀ ਪਰ ਉਸ ਬੰਦੇ ਨੇ ਜਦੋਂ ਸ਼ੈਤਾਨ ਦੀਆਂ ਗੱਲਾਂ ਆਪਣੇ ਵਿੱਚ ਲੈ ਕੇ ਗਿਆ ਤੇ ਉਹ ਸਾਗ ਪੱਤ ਤੋਂ ਵੀ ਮਿੱਟੀ ਤੇ ਲੱਗ ਗਈ ਕਾਹਦੇ ਲੱਗ ਗਿਆ ਸਾਡੇ ਗੋਡਿਆਂ ਕੋਲੋਂ ਕਾਹਦੇ ਲੱਗ ਗਿਆ ਮਿੱਟੀ ਤੇ ਲੱਗ ਗਿਆ ਸਾਨੂੰ ਚੰਗੀ ਚੀਜ਼ ਨਹੀਂ ਹਜ਼ਮ ਹੁੰਦੀ
ਹੁਣ ਦੇਸੀ ਤੇ ਕੁੜੀਆਂ ਨੂੰ ਚੰਗਾ ਨਹੀਂ ਲੱਗਦਾ ਕੱਲ ਅਸੀਂ ਇਹਨਾਂ ਦੇ ਘਰ ਗਏ ਵੇਖ ਕੇ ਕਿਹਦੀ ਲੱਸੀ ਬਣਾਈ ਉਹ ਪੀਤੀ ਨਹੀਂ ਇਹਨੂੰ ਕਿਤੇ ਮੈਨੂੰ ਚੰਗੀ ਨਹੀਂ ਲੱਗਦੀ ਲੱਸੀ ਹੁਣ ਕੁੜੀਆਂ ਨੂੰ ਲੱਸੀ ਚੰਗੀ ਨਹੀਂ ਲੱਗਦੀ ਕੋਈ ਕੋ ਪਿਆਲਾ ਠੰਡਾ ਪਾਣੀ ਬੋਲੋ ਕਲਾਮ ਗਲਤ ਕਹਿੰਦਾ बच्चों की रोटी कुत्तियां नू ना पायो ते सूरां अगे मोती ना सी मेरी एक वारी गल सुनो जिन्हां को बेबी या बच्चे आ नहीं बैठ को बतनी कुछ भी कदी कोई भी तादी प्रॉब्लम है तुसी कलाम सुनदे हो छे दिन जाके फिनिश इनु किने याद रखना सी इनु किने बोलना सी ਇਹਦਾ ਮੰਨਣ ਕਿਹਨੇ ਕਰਨਾ ਸੀ ਇਹਦੀ ਰਾਖੀ ਕਿਹਨੇ ਕਰਨੀ ਸੀ ਇਹਨੂੰ ਵਧਾਉਣਾ ਕਿਹਨੇ ਸੀ ਔਰ ਸਭ ਤੋਂ ਵੱਧ ਗੱਲ ਹੈ ਆਸ ਰੱਖਣੀ ਸੀ ਆਮੀਨ ਹਾਲੇਲੂਆ ਕੀ ਰੱਖਣੀ ਸੀ ਆਸ ਜਦ ਉੱਗਦੀ ਹੈ ਤਾਂ ਪੰਛੀ ਤੋਂ ਉਹਨੂੰ ਤੋੜਨਾ ਚਾਹੁੰਦੇ ਹੈ ਤੋਂ ਵਿੱਚ ਮੇਰੇ ਅੰਗਾ ਫੇ देर हो असी बेकदरी की थी। खुदा ने कलाम नू ले जाके ना अंदर ओदी राखी उते आस नहीं रखी तुहानू चाहीदा सी इस वचन नू ग्रहण करके ना इत्थे आस रख दे की रख दे आस रख दे हुण होवेगा हालेलुया हालेलुया हुण बरकत मिल गई हालेलुया हालेलुया हुण बंधन टूट जाएंगे हालेलुया हालेलुया क्योंकि मैं आसमान में खुदा के कोल पाया है हालेलुया किहदे कोल पाया है ਸਾਰਾ ਬੋਲੋ ਕਿਹਦੇ ਕੋ ਪਾਇਆ ਹੈ ਆਸਮਾਨ ਦੇ ਖੁਦਾ ਕੋਲੋ ਜ਼ਮੀਨ ਕੇ ਖੁਦਾ ਕੋ ਬਹੁਤ ਦੇਖੇ ਹੈ ਜੋ ਸਵਰਗੀ ਪਰ ਖੁਦਾ ਹੈ ਉਸਕੀ ਬਾਤ ਅਲਗ ਹੈ ਜ਼ਮੀਨ ਕੇ ਖੁਦਾ ਕੋ बहुत देखे हैं जो स्वर्ग का खुदा है उसकी बात अलग है हालेलुया 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 सारे धागे की राखी करनी पैनी सी कि टुट हम दसो कि दस बारह धागे बना के कोई बंदा दे देता मुंडा भवन की कुड़ी होंगी ना होंगी बाद तो जे नाल कहता भी धागा कोई टुटना नहीं चाहिए अब मैं कई दे देखे बड़े सोहने सोहने जवान मुंडे कुड़िया होंगे उन्होंने हाथ से गंदे गंदे धागे पता नहीं किन्या साल होंगे देख लो कहे गंदे गंदे रंग रुंग घस जाता ना गंदे ओद्या ही बनी रख दो जे टुट गया ना तो काम नहीं मैं तुम कहना जे कलाम छुट गया ना ते काम असि छुरी मंगाई दी सारे धागे की कर दे जे यसु अंदर होगा फिर उतो कौन कटू बोलो
जेड़ा बीज गहराई च गया होगा उन्हें पंछी कितना चुग लो कलाम की कदर करो सुनो कलाम की रिस्पैक्ट करो कलाम नू मनो कलाम का आदर करो जो कलाम सुन लेंगे उते आस रखा हालेलुया जी आस है ना आस खुदा ने कलाम लिखिया आस कदे शर्मिंदा नहीं हो देगी सुनने नहीं आता जो आस तुसी करते रखो चर्चा चेतन जावे दुआ करा के आस उसका कहते टाइम चलो कल खेल चल जाएंगे आज की नहीं बारी आई तो अगली आज नू सही लेना बंदे को देखो लेना आप कुछ करना एक तैन गल होर दसता जे तेरे ध्यान दिता ना खुदा ने सुनो ध्यान सिद्धू साहब जे तेन कहने दिता तो फिर तो देखो खुदा ही लै सकता कोई बंदा नहीं लै सकता अयूब चेता लिखे ना कि कहता अयूब उसने दिता सी ये कोई बंदा नहीं लै सकता फिर तेन दे के कोई बंदा गल समझो जे तेन बरकत रब ने दिखी वह कोई बंदा खो नहीं सकता जे अयूब ने को बच्चे गए जे अयूब को बरकत गई वह परमेश्वर की माची सी ता गई क्योंकि खुदा दुगनी करके देनी चाहता सी जे तू किसी बंदे को पाया कि पाया लिया जा सकता लिया जब आप सिद्धू साहब बंदे को कोई चीज लेने हैं पैसे के चक्कर प्या ब्याज ते दिंदा कितना दिंदा सर कितना दिंदा जब किसी को पैसे लाए होंगे 50,000 दे देता होंगे 70-80,000 पर हजे भी खड़े है हजे भी की है पर मैं तेन गल कहनी चाहना कि खुदा ही है जिहड़ा वादे ना वापस दिंदा कितना दिंदा है आप एक बीज बीजते हाँ तो एक बीज तो हजार दाने पैदा कर आप कितना बीजिया उन्हें कितने दिते जो बंद करोगे ताजा कर्जा भी नहीं उतरना खुदा दे नाल चलांगे ओ तैनू हजार गुना करके वापस दे लिखा दोगा हो देगा हालेलुया तेरे हाथ संभाल इसलिए परमेश्वर दे वचन की कदर करो इसलिए परमेश्वर दे वचन का आदर इसलिए परमेश्वर दे वचन उत्ते आस रखो हालेलुया मेरी आस है तेरे उत्ते मेरी आस तेरे उते यहोवा खुदा कदे न हो मैंने के शर्मिंदा कदे न हो मैंने के शर्मिंदा बड़ी सच्चाई अंदर ले जाना सी कितने जाना सी ता इस बाणी ते आस रखनी सी हालेलुया की रखनी सी आस ओ कहंदा जबूरा च सच्चाई दे नाल संभाली कहंदे नाल सच्चाई दे नाल ओ तेरे अंदर चले गया तू कादे नाल संभालना सच्चाई दे नाल ते सच्चाई कौन है यीशु मसीह बोलो सच्चाई कौन है यीशु मसीह यीशु मसीह नु कहना सी ना हालेलुया
प्रभु मेरी राखी करे। काश तुसी जिन्हां को औलाद नहीं है इदां दे शब्द तुहानूं कोई सिखाउंदा तुसी बोल, काश तुसी इदां कहिंदियां प्रभु ने हुण मेरी सुन ली है, इस बार बरकत मेरी है। काश तुसी इदां दीआं गल्लां आस रख के खुदा ना कर दीआं हाले, पर नहीं, पता नहीं सानू खुदा नाल गल्लां करनियां चंगीआं क्यों नहीं लगदियां। पता मैं बहुत कुछ अगे बोलना से मैं इतने क्यों रुकया हुआ, मैं पता नहीं लग रहा, जिन्हें कोई काम नहीं है, कोई प्रॉब्लम है नहीं, कुछ भी है, कहते बच्चों की गल नहीं, काश तुसी आस रख ले। और कोई बंदा सानू कह दिया असी आस रख लेंगे, की रख लेंगे आस, बाणी च लिखा हाय उस मनुख ते जिहड़ा मनुखा उत्ते आस रखता है, पर धन है वह मनुख जिहड़ा परमेश्वर को भरोसा रखता है। शैतान कहिंदा मैनूं जिन्ना मर्जी जोर ला ला इन्हां दे मैं पल्ले पैर इन्हां नूं समझ नहीं करदा, पर मैं खुदा दा वचन पूरा करना, मैं सुनाउणा है, क्योंकि मेरी ड्यूटी है। तू बोल, तू बोल, तू बोल, तू बोल। पर एक करी फिर दोनों मंगो ता तो अनु दिता जावेगा, बोलो जी मंगो ता तो अनु दिता जावेगा, बोलो मंगो ता तो अनु दिता जावेगा। अज तो सैमुअल नहीं सी होया, एदी बड़ी प्रॉब्लम सी, दो कुड़ियां सी, उन्हां तो 10 साल बाद ही पैदा होया, ढोल बजाउंदा मुंडा, पर इहदा जिहड़ा उदों मन सी खुदा दे नाल, इहदे दिल च कोई तड़फ हुंदी सी कि प्रभु मेरी भी शर्मिंदगी दूर, इहनूं इक इहनां दे रिश्तेदार सियाणे ने इहनूं कहा होया सी, जिथे मर्जी भज ला मुंडा तैनूं मैं ही देणा, मुंडा तैनूं रिश्तेदार पुछण, यह कहती मुंडा हूं भावी मेरे ना मिले तेरे नहीं होने, तेरे को मंगया सी, बिल्कुल नवी नवी सी, ज्यादा अजे पता भी नहीं कलाम का, आदि जो तो विश्वास ही किया दो जिया ने पहले साल च ही खुदा ने बिठा। अगर यह विचार करे कि उदो इन्हें मंगया सी, की किया सी, बोलो, क्योंकि वह जी प्रॉब्लम सी ना वड्डी सी, दो कुड़िया सी, बेटा है नहीं सी, लोग ताने मिलते मारते, दुखी सी बहुत, काश इदा मनिया हुंदा सी, इदा मंगिया हुंदा सी। और उस तो बाद चीजा बहुत उन्होंने दित्तियां रब ने, बहुत कुछ दिता, पर मैं घर च ही रहिंदा हां, मैं एक गल का पता है, जिदा सैमन नूं मंगिया सी उस तो बाद इदा मंगिया नहीं कुछ, ते मैनूं वादा रखना चाहिदा सी सिद्धू साहब, किदा हाँ, उस तो बाद एक चीज मंगी, खुदा मैनू सेवा दे, कहिंदे प्रभु जिदा तू मैनू दिता दूजिया नू भी दे, बहुत लोगों ने प्रेयर की, बड़े लोगों दी बंद कुखां नू खुदा ने खोलिया, हालेलुया, मैनू मेरे कान विच वधना है, की करना है, पहले मैं थोड़ा मंगदा सी ज्यादा, हुण किन्ना मंगणा है, हुण किन्ना मंगणा है, हुण किन्ना मंगणा है, क्योंकि परमेश्वर का राज है, यह दुनिया के कंधे तक गवाही होनी, हालेलुया, मेथों मंग किहदे कोलो, सारे बोलिया कर दियो, किहदे को मंगना, परमेश्वर कोलो, तू बीमार है, मुश्किल चा, परेशानी चा, किहदे को अज मंगना, परमेश्वर कोलो, किहदे को मंगना है, परमेश्वर कोलो। दुआ लैन पढ़ो पूरी तरह सुनो, मंगो ता तुहानू दिता जावेगा, बोलो कौन कह रहा है, परमेश्वर, जे तुसी मंगोगे तुहानू दिता जावेगा, पेट विच लत्ता बना सकता है, की कर सकता है, ठीक भी कर सकता है, बोलो ठीक भी कर सकता है, जिहड़ा इंसान दे अंदर दिल नूं बणाउंदा है ਉਹ ਖਰਾਬ ਦਿਲ ਨੂੰ ਠੀਕ ਵੀ ਕਰ ਸਕਦਾ ਹੈ, ਜਾਂ ਜਿਹੜਾ ਬਣਾ ਸਕਦਾ ਉਹ ਠੀਕ ਨਹੀਂ ਕਰ ਸਕਦਾ, ਇਹਨੂੰ ਇਹਦਾ ਮੰਨਣਾ ਪੈਣਾ ਧਿਆਨ, ਹਾਲੇਲੂਯਾ, 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 ਹਾਲੇਲੂਯਾ।
मैं तो बोल रहा ना, गल कौन करता? परमेश्वर। मैं थोड़ी गल क्या भी देखो मंगया करो, मैं तो थोड़ी क्या, मैं तुम्हें बाइबल चो पढ़ाया भी यीशु किदा कहता। हालेलुया। और ये शब्द हैं यीशु मसीह दे, कहते हैं यीशु मसीह। तो इस लोग के बाइबल को पढ़ने वाले सुनो, एक बाइबल मिलती है महंगी है, और जिन्हें शब्द यीशु मसीह ने बोले हो ना वो लाल लिखे पे कहता, जेड़े जेड़े शब्द यीशु मसीह ने बोले वो कड़े रंग ने लिखे, इसलिए उसकी कीमत ज्यादा करो, डबल प्रिंटिंग के पैसे पे। हालेलुया। और तो तुसी देख सकते भी चेले किसी ने गल कही सी जां यीशु ने, पर आ जिहड़ा तुसी पढ़दे हो शब्द यीशु मसीह दा। हालेलुया। 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 मैं यीशु मसीह दा प्रचारक हां। मैं केड़ा प्रचार करदा? यीशु मसीह दा। तुसी केड़ा सुनदे हो? यीशु मसीह दा। तुसी केनु सुनदा हो? यीशु मसीह नु। आज जो यीशु मसीह तैनू एक गल कह रिया, हालेलुया, मेरे कोल मंग मैं दे दांगा। हालेलुया। मंगिया ही नहीं, कह दें चलो पादरी ने कह दिता ठीक, डॉक्टर कहता दवाई ठीक हो जाएगा, हम दवाई देंगे खत्म। डॉक्टर ने कह ही दिता बोलो, डॉक्टर कहता सिद्धू साहब जो तुम दवाई खाओगे सवेरे खाली पेट लैनी, फिर देख ले घंटा एक बजा सवेरे बिच जीरो नहीं खानी, अगे फिर शाम एक दोस्त कई बार इतने भी एक इतने भी इतने भी बेकदरी की बेकदरी की खुदा के वचन की, इन आदर नहीं दिता नहीं मिले आदर, शर्मिंदे हुए पे कदे चा रखिया तुम महीने पहले दो गल कहता कदे वैसे ही पढ़ते चलो पढ़ लिया कुछ ना हो तो भी पता चल खोल लिंदा तू देख दी ਸੁਣੋ ਮੈਂ ਤੁਹਾਨੂੰ ਕੀ ਕਰਦਾ ਜੇ ਤੁਹਾਨੂੰ ਰੱਬ ਨੇ ਦਿੱਤਾ ਨਾ ਧਿਆਨ ਨਾਲ ਸੁਣੋ
ਜੇਕਰ ਆਪਣੇ ਆਨੰਦ ਕੀਤਾ ਬਾਦ ਦੇਖੇ ਕਿ ਉਹ ਆਨੰਦ ਕੋਈ ਖੋਰ ਆਮੇਨ ਹਾਲੇਲੂਯਾ ਮੋਨਾ ਫਿਰ ਆਨੰਦ ਕੋਈ ਖੋ ਨਹੀਂ ਸਕਦਾ ਕੋਈ ਬਿਮਾਰੀ ਤੇਰਾ ਆਨੰਦ ਖੋ ਨਹੀਂ ਸਕਦੀ ਹਾਲੇਲੂਯਾ ਫਿਰ ਕਹਿੰਦੇ ਉਹ ਨੋ ਲਿਆਂਦੀ ਸੀ ਉਹ ਮੇਰਾ ਮੁੰਡਾ ਖੋ ਕੇ ਲੈ ਨੋ ਲਿਆਂਦੀ ਸੀ ਮੁੰਡਾ ਕੀ ਲੱਗੇ ਜਿਹੜਾ ਤੂੰ ਖੋਇਆ ਹੋਇਆ ਸੱਚੀ ਤੂੰ ਸੰਜੀਤ ਖੋ ਕੇ ਇੱਥੇ ਰੱਖਿਆ ਜਾਲੀ ਪਿੱਛੋਂ ਮਰ ਗਈ ਬੋਲੋ ਕਹੀ ਨਾ ਵੀ ਨੋ ਲਿਆਂਦੀ ਮੁੰਡਾ ਕੀ ਲੱਗੇ ਕਹਿੰਦਾ ਤੂੰ ਖੋਇਆ ਹੋਇਆ ਕੀ ਗੱਲ ਤੇ ਜੇ ਖੁਦਾ ਦਾ ਆਨੰਦ ਹੁੰਦਾ ਨਾ ਪਰਿਵਾਰ ਚ ਤੇ ਔਰਤ ਕਦੇ ਇਦਾਂ ਦੇ ਸ਼ਬਦ ਨਾ ਬੋਲੇ क्योंकि तेरा पति तेरी सस का मुंडा सारे घर का आनंद है हालेलुया सुनो जिधर तेरी सस रब ने मुंडा दिता सी ना ओदा आनंद सी इहदा आनंद सी तेरा जिहड़ा ओदा आनंद सी अज तू ओदा आनंद खोणा चाहुंदी है जदों कल तेरे पैदा होया फिर तेरी कौन है तेरा खोणा इसलिए उन्हें जिथे रब ने दिता उ रखो और तेरा भी आनंद बनिया रहे तेरी सस का भी आनंद बनिया रहे तेरे परिवार का भी आनंद बनिया रहे और फिर उस आनंद को कोई खो नहीं सकेगा हालेलुया मंगोगे तो मंगोगे तो दिता जाएगा बोला करो मंगोगे तो दिता जाएगा किसे को मंगना ढूंढो ता तुहानू लभेगा दूजा शब्द की करो ढूंढिया रोटी लभोगे तो की होगी लभो ना अस एडा दिन सब बेहद को दे कि मैं कुछ करना ये बाइबल के रूल के मर खिलाफ जे किसान कपना बीजे तो उगनी आटा लिया के तुझी पाँदी पचास किलो रख लो रोटी बनानी पैनी की करनी पैनी सारे को रोटी की करनी पैनी ਇਹਦੇ ਤੁਹਾਨੂੰ ਆਪਣੇ ਆਪ ਨੂੰ ਬਣਾਉਣਾ ਪੈਣਾ ਫਿਰ ਇਹ ਕਰੇ ਅੱਜ ਕਹਿਣਾ ਚਾਹੁੰਦਾ ਤੇਰਾ ਸਭ ਕੁਛ ਤੇਰੇ ਮੂੰਹ ਚ ਤੇਰਾ ਸਭ ਕੁਛ ਤੇਰੇ ਹੱਥਾਂ ਚ ਹਾਲੇਲੂਯਾ ਇਹਨੂੰ ਅੱਜ ਸ਼ੁਰੂ ਕਰ ਦਿਓ 10 ਸਾਲ ਬਾਅਦ ਕਰ ਦਿਓ ਆਖਰ ਮਿਲਣਾ ਇੱਥੋਂ ਹੀ ਤੇ ਕਿਤੇ ਰੱਬ ਨੇ ਵੀ ਕਿਹਾ ਤੂੰ ਕੰਮ ਨਾ ਕਰ ਮੈਂ ਤੇਰੇ ਮੂੰਹ ਚ ਰੋਟੀਆਂ ਪਾ ਦੂੰਗਾ ਕਿਤੇ ਨਹੀਂ ਲਿਖਿਆ ਤੈਨੂੰ ਮਿਹਨਤ ਕਰਨੀ ਪੈਣੀ ਹਾਲੇਲੂਯਾ ਢੂੰਡੋਗੇ ਤਾਂ ਪਾਉਂਗੇ ਸ਼ਾਂਤੀ ਲੱਭਦੇ ਕਿੱਥੇ ਜਾ ਕੇ ₹1500 दरजानी कहती पैसे दो 500 वो भी ठीक बोल रहे पैसे कितने लोगी उन्हें कहता सूट खराब तो शांति की हो गई
ਅਰੇ ਬੋਲੋ ਸ਼ਾਂਤੀ ਕੀ ਹੋ ਗਈ ਉਹ ਜਿਹੜੇ ਕੋ 1500 ਲਿਆ ਸੀ ਮੈਂ ਉਹ ਸੁਣਾਈਏ ਮਾਰੀ ਨੀਂਦ ਨਾ ਦਿੱਤੇ ਸੀ ਕਿੱਦਾਂ ਦਿੱਤੇ ਸੀ ਸਾਰੇ ਬੋਲੋ ਕਿੱਦਾਂ ਦਿੰਦੇ ਸੀ ਉਦੋਂ ਖੇਡ ਕੇ ਦਿੱਤੇ ਸੀ ਬਸ ਸਾਰੇ ਕੰਮ ਖਰਾਬ ਹੁਣ ਬਾਬਾ ਇੱਦਾਂ ਕਰ ਮੈਨੂੰ ਲੈ ਕੇ ਤੇ 2-3 ਮੀਟਰ ਕੱਪੜਾ ਮੈਂ ਨਾਲ ਸੋਣੀ ਸਲਵਾਰ ਸਲਵਾਰ ਖਰਾਬ ਇਹ ਕੀ ਹੋ ਰਿਹਾ ਬੋਲੋ ਬੋਲੋ ਸ਼ਾਂਤੀ ਵੀ ਹੋਈ ਕਿੱਥੋਂ ਲੈ ਕੇ ਸੀ ਬੋਲ ਗਾਉਣ ਤੋਂ ਬਜਾ ਦੋ ਸਰ ਬੋਲੋ ਕਿੱਥੋਂ ਲੈ ਕੇ ਸੀ ਗਾਉਣ ਤੋਂ ਬਜਾ ਮਿਲਦੀ ਸ਼ਾਂਤੀ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ ਖੁਦਾ ਇਹ ਨਹੀਂ ਕਹਿੰਦਾ ਮੇਰੇ ਲੋਕੀ ਜਾਂ ਕੱਪੜੇ ਪਾਓ ਜਾਂ ਫਟੇ ਇਹ ਨਹੀਂ ਮੈਨੂੰ ਉਹ ਕਹਿੰਦਾ ਕਾਸ਼ ਮੇਰੇ ਮੈਨੂੰ ਨਾਲ ਲੈ ਕੇ ਮੰਗਦੀ ਮੈਨੂੰ ਨਾਲ ਲੈ ਕੇ ਮੰਗਦੀ ਢੂੰਡੋ ਗੇਟਾਂ ਤੇ ਅਗਰ ਤੁਹਾਨੂੰ ਸ਼ਾਂਤੀ ਚਾਹੀਦੀ ਤੁਹਾਨੂੰ ਬਰਕਤ ਚਾਹੀਦੀ ਤੁਹਾਨੂੰ ਖੁਸ਼ੀ ਚਾਹੀਦੀ ਤੁਹਾਨੂੰ ਆਨੰਦ ਚਾਹੀਦਾ ਉਸ ਬਾਜ਼ਾਰ ਦਾ ਨਾਮ ਮੈਂ ਤੁਹਾਨੂੰ ਦੱਸ ਦਿੰਦਾ ਉਹਨੂੰ ਕਹਿੰਦੇ ਪਵਿੱਤਰ ਬਾਈਬਲ ਹਾਲੇਲੂਇਆ 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 ਬੋਲੋ ਕਿਹੜੀ ਬਾਈਬਲ ਪਵਿੱਤਰ ਬਾਈਬਲ ਇਹ ਬਾਜ਼ਾਰ ਦਾ ਦੇਖ ਰਾਜ ਹੈਗਾ ਨਾ ਹਾਂਜੀ ਕਈਆਂ ਦੇ ਘਰਾਂ 'ਚ 2-3 ਬਾਜ਼ਾਰ ਹੋਣੇ ਕਈਆਂ ਦੇ ਘਰਾਂ 'ਚ ਛੋਟਾ ਬਾਜ਼ਾਰ ਕਿਉਂ ਹੋਣਾ ਨਾ ਨਿਊ ਟੈਸਟਮੈਂਟ ਹੁੰਦਾ ਨਾ ਹਾਂਜੀ ਮੇਰੇ ਕੋਲ ਤਾਂ ਦੇਖ ਕੇ मैं तो ये गल कहनी चाहना तेरी सच्ची शांति खुशी आनंद एदे चो लभना हालेलुया ओ बंदे भाई भी सुन लो तू जो मर्जी काम कर कर ला नोटा वाली भौंती मशीन ला ला मित्रा बरकत एदे विचों ही मिलदी आ के हालेलुया असि सारा कुछ करके देखिया सुनो इसने नहीं सी हटिया काम तो भी मैनू धुप लगदी सी काम करन दा मैं हजे भी बहुत शौक रखदा इहनां नूं पता इहनां दे घर हजे भी कीता काम ਮੈਨੂੰ ਸ਼ੌਂਕ ਆ ਬਹੁਤ ਕੰਮ ਕਰ ਇਸ ਲਈ ਨਹੀਂ ਸੀ ਕੰਮ ਕੀਤਾ ਵੀ ਧੁੱਪ ਲੱਗਦੀ ਤੇ ਮੈਂ ਛੱਡ ਕੇ ਸੇਵਾ ਸ਼ੁਰੂ ਕਰ ਖੁਦਾ ਨੇ ਮੈਨੂੰ ਕਿਹਾ ਛੱਡਦੇ ਹੋ ਕੀ ਕਰਦੇ ਕੰਮ ਨੂੰ ਕੀ ਕਰਦੇ ਆ ਮੈਂ ਬਣਾਇਆ ਹੋਇਆ ਸਾਰਾ ਕੁਛ ਆ ਮਿਸਤਰੀ ਇੱਦਾਂ ਦੇ ਤੁਸੀਂ ਮੈਨੂੰ ਕਿਹਾ ਬਣਾ ਕੇ ਦਿਖਾ ਲਿਆ ਪੌਡਰ ਦਿਖਾ ਦੇ ਬਣਾਇਆ ਬਣਨੇ ਨੂੰ ਨਾ ਉਹ ਵੀ ਸ਼ੁਰੂ ਤੋਂ ਸਿੱਧੂ ਸਾਹਿਬ ਇੱਕ ਗੱਲ ਕਹਿੰਦਾ ਹੁੰਦਾ ਸੀ ਇੱਦਾਂ ਮੈਂ ਮੰਨਦਾ ਹੁੰਦਾ ਸੀ ਵੀ ਮੈਨੂੰ ਖੁਦਾ ਨੇ ਇੱਦਾਂ ਦਾ ਬਣਾਇਆ ਇੱਦਾਂ ਮੈਂ ਕਹਿੰਦਾ ਸੀ ਵੀ ਮੇਰੇ ਸਾਹਮਣੇ ਪਾਇਲਟ ਜਹਾਜ਼ ਇੱਕ ਵਾਰੀ ਚਲਾ ਦੇ ਦੂਜੇ ਮੈਂ ਚਲਾਉਣ ਦੀ ਤਾਕਤ ਰੱਖਦਾ ਮੇਰੇ ਸਾਹਮਣੇ ਇੱਕ ਵਾਰੀ ਚਲਾ ਆਪ ਯੂਪੀ ਦਾ ਕੰਮ ਮੈਂ ਕਿਹਾ ਉਹ ਖੁਦ ਸਿੱਖਿਆ ਮੈਂ ਦੇਖਿਆ ਸੀ ਇੱਦਾਂ ਕਿਤੇ ਉਹਨਾਂ ਨੂੰ ਕਰਦੇ ਨੇ ਬਸ ਅੰਦਰ ਗਲਾਸ ਪੇਂਟਿੰਗ ਬਹੁਤ ਮਹਿੰਗੀ ਹੁੰਦੀ ਮੈਂ ਕਰ ਸਕਦਾ ਬਣਾ ਸਕਦਾ ਤੁਹਾਨੂੰ ਮਿੱਟੀ ਦੀ ਮੂਰਤੀ ਤੁਹਾਡੀ ਵਿੱਚ ਬਣਾ ਸਕਦਾ ਲੱਕੜੀ ਚੋਂ ਤੁਹਾਨੂੰ ਕੱਢ ਸਕਦਾ ਸੀ ਬਣਾ ਸਕਦਾ ਮੈਂ ਸਰ ਕਿਉਂਕਿ ਮੈਂ ਇੱਦਾਂ ਮੰਨਦਾ ਵੀ ਮੇਰਾ ਖੁਦਾ ਬਣਾਉਣ ਵਾਲਾ ਸੀ ਉਹਨੇ ਮੈਨੂੰ ਵੀ ਇੱਦਾਂ ਦਾ ਬਣਾਇਆ ਹਾਲੇਲੂਇਆ ਹਾਲੇਲੂਇਆ ਢੂੰਡੋਗੇ ਤਾਂ ਆਉਣੇ ਬੋਲੋ ਢੂੰਡੋਗੇ ਤਾਂ ਆਉਣੇ ਆਲੋਗੇ ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਮੇਰੇ ਨੂੰ ਦੇਖੋ ਕਰੀ ਹੈਲੋ ਤੁਹਾਡੇ ਘਰੇ ਪਿਆ ਬਾਜ਼ਾਰ ਕਿੱਥੇ ਪਿਆ ਸਰ ਬੋਲੋ ਕਿੱਥੇ ਪਿਆ ਅਗਰ ਤੋਂ ਅਗਲੇ ਤੇਰਾ ਟੈਸਟੀਮਨੀ ਦਊਂਗਾ ਵੀ ਮੈਂ ਬੜੀ ਪ੍ਰੋਬਲਮ ਚ ਖੁਦਾ ਸੌਲਵ ਕਰਦਾ ਦੱਸੂਗਾ ਤੁਹਾਨੂੰ ਸੌਲਵ ਕਿੱਦਾਂ ਖੁਦਾ ਮੇਰਾ ਤੇਰਾ ਖੁਦਾ ਇੱਕੋ ਹੀ ਆ ਹਾਲੇਲੂਇਆ ਮੇਰਾ ਤੇ ਤੇਰਾ ਖੁਦਾ ਇੱਕੋ ਹੀ ਆ ਤੇ ਮਾਂ ਬਾਪ ਕਿਹੜੇ ਬੱਚਿਆਂ ਤੋਂ ਖੁਸ਼ ਹੁੰਦਾ ਜਿਹੜੇ ਵਿਹਲੇ ਹੁੰਦੇ ਜਿਹੜੇ ਸੁੱਤੇ ਰਹਿੰਦੇ ਹਾਂ ਜਿਹੜੇ ਕੰਮ ਕਰਦੇ ਜਿਹੜੇ ਪੁੱਠੇ ਸੁੱਧੇ ਕੰਮ ਕਰਦੇ ਕਿਤੋਂ ਕੁਛ ਦਾ ਮਾਪਾ ਕੰਮ ਕਰਦੇ ਜਿਹੜੇ ਵਿਹਲੀਆਂ ਹੁੰਦੀਆਂ ਜਿਹੜੀਆਂ ਨਾਟਕੀ ਦੇਖਦੀਆਂ ਆਪੀ ਦੱਸੋ ਤੁਸੀਂ ਆਪੀ ਕਹਿੰਦੇ ਕਿਤੋਂ ਕੁਛ ਹੁੰਦੇ ਜਿਹੜੇ ਕੰਮ ਕਰਦੇ ਕੰਮ ਕਰੋ ਨਾ ਜਿਹੜੇ ਮਾਂ ਬਾਪ ਦੀ ਗੱਲ ਨਹੀਂ ਮੰਨਦੇ ਮਾਂ ਬਾਪ ਉਹਨਾਂ ਬੱਚਿਆਂ ਤੋਂ ਖੁਸ਼ ਨਹੀਂ ਤੁਸੀਂ ਰੱਬ ਦੀ ਗੱਲ ਨਹੀਂ ਮੰਨਦਾ ਰੱਬ ਨੂੰ ਖੁਸ਼ ਹੋਣਾ ਨਹੀਂ ਉਹਦੇ ਕਲਾਮ ਦੀ ਕਦਰ ਕਰੋ
ਉਹਦੀਆਂ ਗੱਲਾਂ ਨੂੰ ਮੰਨੋ, ਉਹਦੀਆਂ ਗੱਲਾਂ ਤੇ ਆਮੀਨ ਕਹੋ, ਉਹਦੀਆਂ ਗੱਲਾਂ ਤੇ ਵਿਸ਼ਵਾਸ ਕਰੋ, ਉਹਦੀਆਂ ਗੱਲਾਂ ਤੇ ਆਸ ਰੱਖੋ। ਤੇ ਜੇ ਤੂੰ ਆਸ ਰੱਖੇਗੀ ਸ਼ਰਮਿੰਦਾ ਹੁਣ ਸਿੱਧੂ ਸਾਹਿਬ ਆਸ ਰੱਖਣ ਦੇ ਪੈਸੇ ਲੱਗਦੇ ਤੇ ਜੇ ਆਸ ਰੱਖੋ ਤਾਂ ਦਰਦ ਹੋਣ ਲੱਗ ਪੈਂਦੇ ਸ਼ਾਇਦ ਮੈਂ ਕਹਿੰਦਾ ਆਸ ਰੱਖੋ ਤਾਂ ਕੀ ਕੋਈ ਪ੍ਰੋਬਲਮ ਹੋ ਜਾਂਦੀ ਤੁਸੀਂ ਮੁਕਤ ਵਿੱਚ ਆਸ ਵੀ ਨਹੀਂ ਰੱਖ ਸਕਦੇ ਕਲਾਮ ਮੁਫਤ ਚਾ ਕਿਦਾਂ ਪ੍ਰਭੂ ਦੀਆਂ ਜਿੰਨੀਆਂ ਬਰਕਤਾਂ ਮੁਫਤ ਵਿੱਚ ਪ੍ਰਭੂ ਇਹ ਤਾਂ ਕਹਿੰਦਾ ਨੀ ਹਾਂ ਤੇਰੇ ਬੱਚਾ ਹੋ ਜਾਊ ਰਾਤ ਨੂੰ ਚੌਂਕ ਦੇ ਵਿੱਚ ਜਾ ਕੇ ਨੰਗੇ ਹੋ ਗਏ ਔਰਤਾਂ ਏਦਾਂ ਕਰਦੇ ਲੋਕ ਫਿਰ ਕੀ ਹੋ ਜੂ ਉੱਥੇ ਤੇ ਪ੍ਰਭੂ ਨਾ ਕੋਈ ਦੇਖਦਾ ਲਵੇ ਸ਼ਰਮ ਆਉਂਦੀ ਜੇ ਆਉਂਦਾ ਹੁੰਦੇ ਤੇ ਪ੍ਰਭੂ ਕਹਿੰਦਾ ਵਧੀਆ ਕੱਪੜੇ ਪਾ ਗਿਆ ਹੁਣ ਕਾਹਦੀ ਪ੍ਰੋਬਲਮ ਬੋਲੋ ਮੁਸ਼ਕਲ ਕੀ ਹੋ एक बंदा भज गया करो ਖੁਦਾ ਕਹਿੰਦਾ ਤੂੰ ਜਿੱਥੇ ਜਾਵੇਂਗਾ ਮੈਂ ਤੇਰੇ ਨਾਲ ਸੁੱਤਾ ਪਿਆ ਵੀ ਗੱਲਾਂ ਕਹਿੰਦੇ ਨੀ ਕਰਦੇ ਅਸੀਂ ਲੱਭਣ ਲੱਭਣ ਗਏ ਨਾ ਕੁਛ ਇੱਕ ਵਹੁਟੀ ਵੀ ਤਿੰਨ ਚਾਰ ਵਹੁਟੀਆਂ ਲੱਭਦੇ ਆ ਕਿੰਨੀਆਂ ਲਿਆ ਤੁਸੀਂ ਇੱਕ ਇੱਕ ਨਿਆਣੇ ਨੂੰ ਦਰਸ਼ਨ ਦੇ ਬਾਰਾਂ ਨਿਆਣੇ ਲੈ ਕੇ ਘਰ ਨੂੰ ਕਿੰਨੇ ਉਹ ਕਹਿੰਦੇ ਇੱਕ ਜੋੜੀ ਤੋਂ ਪਾਣੀ ਵਾਰਦੀ ਹੋਣੀ ਤੇ ਤੁਹਾਨੂੰ ਰਹਿੰਦਾ ਖੜਾ ਹੋ ਇੱਥੋਂ ਦੀ ਮਾਂ ਭਾਂ ਤੁਹਾਨੂੰ ਰਹਿੰਦਾ ਖੜਾ ਹੋ ਚਾਰ ਵਹੁਟੀਆਂ ਲੈ ਕੇ ਆ ਬਾਰਾਂ ਨਿਆਣੇ ਤੇ ਗਿਆ ਕਿੱਦਾਂ ਸੀ ਇਕੱਲਾ ਹੀ ਗਿਆ ਕਿੱਦਾਂ ਸੀ ਸੁੱਖ ਲੱਭਣ ਚੈਨ ਲੱਭਣ ਆਰਾਮ ਲੱਭਣ ਗਿਆ ਤੇ ਪੂਰਾ ਦੇਸ਼ ਕਹਾਣੀ ਪੜਿਓ ਨਾ ਪੰਧ ਕਿੱਦਾਂ ਦਾ ਸੀ ਉਹ ਮੰਗਦਾ ਕਿੱਦਾਂ ਸੀ ਆਸ ਰੱਖਦਾ ਸੀ ਵਿਸ਼ਵਾਸ ਕਿੱਦਾਂ ਦਾ ਕਰਦਾ ਇਹ ਵੀ ਪੜ੍ਹ ਲਿਓ ਇਹਦੇ ਵਿੱਚੋਂ ਤੈਨੂੰ ਦੱਸੂਗਾ ਇਹ ਦੱਸੂਗਾ ਇਹ ਕਹਿੰਦਾ ਜਦੋਂ ਤੂੰ ਬਾਪ ਦੇ ਘਰ ਆਵੇਂਗਾ ਨਾ ਬਰਕਤਾਂ ਦੇ ਨਾਲ ਆਵੇਂਗਾ ਹਾਲੇਲੂਯਾ ਸ਼ਾਮ ਨੂੰ ਜਦੋਂ ਕੰਮ ਤੋਂ ਘਰ ਆਵੇਂਗਾ ਕਿੱਦਾਂ ਆਵੇਗਾ ਛੇ ਦਿਨ ਆਪਣਾ ਕੰਮ ਧੰਦਾ ਕਰੀ ਜੇ ਤੂੰ ਚੰਗੇ ਮਨ ਨਾਲ ਰੱਬ ਦੇ ਘਰ ਆਵੇਂਗਾ ਮੈਂ ਤੈਨੂੰ ਬਰਕਤ ਦਵਾਂਗਾ ਹਾਲੇਲੂਯਾ ਢੂੰਡੋਗੇ ਤਾਂ ਇਹਦੇ ਤੋਂ ਮਿਲਦਾ ਹੀ ਸਭ ਕੁਛ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਪੜ੍ਹਨ ਵਾਲੀ ਕਿਤਾਬ ਦੁਨੀਆਂ 'ਚ ਸਭ ਤੋਂ ਪਹਿਲਾਂ ਧਾਰਮਿਕ ਪਵਿੱਤਰ ਗ੍ਰੰਥ ਸਿਰਫ ਇੱਕੋ ਹੀ ਆ ਜਿਹਤੇ ਲਿਖਿਆ ਹੋਇਆ ਪਵਿੱਤਰ ਬਾਈਬਲ ਬਾਕੀ ਕਿਸੇ ਗ੍ਰੰਥ 'ਤੇ ਏਦਾਂ ਨਹੀਂ ਲਿਖਿਆ ਹੋਇਆ ਪਵਿੱਤਰ ਉੱਥੇ ਧਰਮ ਸ਼ਾਸਤਰ ਲਿਖਿਆ ਕੀ ਲਿਖਿਆ ਹੋਇਆ ਰਮਾਇਣ ਮਹਾਭਾਰਤ ਦੇ ਨਾ ਗੁਰੂ ਗ੍ਰੰਥ ਸਾਹਿਬ ਜੀ ਪਰ ਇਹ ਤੇ ਲਿਖਿਆ ਪਵਿੱਤਰ ਬਾਈਬਲ ਹੋਲੀ ਬਾਈਬਲ ਸਾਰੀ ਦੁਨੀਆਂ ਨੂੰ ਪੜ੍ਹ ਕੇ ਤਰ ਗਈ ਆ ਤੁਸੀਂ ਡੁਬਕੀਆਂ ਮਾਰਨ ਦੇ ਹਜੇ ਵੀ ਡੋਬੇ ਚ ਦੇਸ਼ਾਂ ਦੇ ਦੇਸ਼ ਇਹਨੂੰ ਮੰਨ ਕੇ ਕੀ ਹੋ ਗਿਆ ਤਰ ਗਿਆ ਬੋਲੋ ਦੇਸ਼ਾਂ ਦੇ ਦੇਸ਼ ਇਹਨੂੰ ਮੰਨ ਕੇ ਕੀ ਹੋ ਗਿਆ ਅੱਜ ਦੁਨੀਆਂ ਦੇ ਟੌਪ ਦੇ ਜਿਹੜੇ ਦੇਸ਼ ਆ ਟੌਪ ਦੇ ਦੇਸ਼ ਸਭ ਤੋਂ ਅਮੀਰ ਜਿਹੜੇ ਦੇਸ਼ ਆ ਉਹਨਾਂ ਨੇ ਇਹਨੂੰ ਗ੍ਰਹਿਣ ਕੀਤਾ ਹਾਲੇਲੂਯਾ ਇਹਨੂੰ ਮੰਨਿਆ ਤੇ ਤਾਂ ਇਦਾਂ ਹੋਇਆ ਪਰ ਇਹ ਗਲੀ ਦਾ ਸੁਣੋ ਖੜਕਾਓ ਤਾਂ ਤੁਹਾਡੇ ਲਈ ਖੋਲਿਆ ਜਾਵੇਗਾ ਬੋਲੋ ਖੜਕਾਓ ਤਾਂ ਖੋਲਿਆ ਜਾਵੇਗਾ ਸਾਰੇ ਬੋਲੋ ਖੜਕਾਓ ਤਾਂ ਖੋਲਿਆ ਜਾਵੇਗਾ ਖੜਕਾਇਆ ਕਦੇ ਪਰ ਪ੍ਰਭੂ ਯਸੂ ਦਾ ਦਰਵਾਜ਼ਾ ਕਦੇ ਖੜਕਾਇਆ ਕਦੇ ਆਪਣੇ ਮੂੰਹ ਕਿਹਾ ਪ੍ਰਭੂ ਖੋਲ ਕਰ ਆਪ ਕਦੇ ਕੋਈ ਗੱਲ ਕੀਤੀ ਖੋਤਾ ਮੈਂ ਨਹੀਂ ਉਹ ਆਪ ਕਹਿੰਦੇ ਖੜਕਾਈ ਜਾਂਦਾ ਸਿੱਧੂ ਸਾਹਿਬ ਸੁਣਿਓ ਕਿਆ ਇਹ ਬੁੱਢੀਆਂ ਬੰਦੇ ਕਹਿੰਦੇ ਵੀ ਸਾਨੂੰ ਖੜਕਾਉਣ ਦੀ ਲੋੜ ਅਸੀਂ ਗੀਤ ਸੁਣਿਆ ਉਹ ਤੇ ਆਪ ਡਿਆ ਖੜਕਾਉਣ ਸਾਡੇ ਆਪ ਤੈਨੂੰ ਯਸੂ ਵਾਜਾ ਮਾਰੇ ਕੁੰਡਾ ਤੈਨੂੰ ਯਸੂ ਵਾਜਾ ਮਾਰੇ ਕੁੰਡਾ
ਕਹਿੰਦੇ ਬਾਬਾ ਵਾਲੀ ਯਸੂ ਅੱਗੇ ਕਿਉਂ ਨਹੀਂ ਫੋਲਦਾ ਇਹ ਕਹਿੰਦੀਆਂ ਉਹ ਤੇ ਆਪ ਫੜਕਾਉਣ ਦਿਆ ਸਾਨੂੰ ਫੜਕਾਉਣ ਦੀ ਕੀ ਲੋੜ ਪਈ ਤੇ ਕਿਸੇ ਨੇ ਪੁੱਛਿਆ ਕਿਸੇ ਨੂੰ ਪ੍ਰੇਮ ਹਾਂਜੀ ਪਾਸਤ ਜੀ ਤੂੰ ਖੁੰਡਾ ਕਦੋਂ ਨੀ ਖੜਕਾਉਂਦੀ ਉਹ ਪਾਸਦੇ ਹੋ ਪ੍ਰਭੂ ਆਪ ਹੀ ਖੜਕਾਉਣ ਦਿਆ ਸੀ ਮੈਂ ਫਿਰ ਕੀ ਖੜਕਾਉਣਾ ਸੀ ਤੇ ਮੈਂ ਕਿਹਾ ਛੱਡ ਮੈਂ ਕਿਹਾ ਤੂੰ ਉਦੋਂ ਖੜਕਾਉਣਾ ਹੋਣਾ ਜਦੋਂ ਉਹਨੇ ਬੰਦ ਕਰ ਦਿੱਤਾ ਹੁਣ ਸਮਝ ਲੱਗੇ ਜਿਹਨੂੰ ਲੱਗੀ ਉਹਨਾਂ ਬੰਦ ਸਾਰੇ ਨੂੰ ਲੱਗੇ ਤੁਸੀਂ ਕਿਉਂ ਨੀ ਭਲਾ ਖੜਕਾਉਂਦੀ ਆ ਤੁਸੀਂ ਉਦੋਂ ਖੜਕਾਉਣੀ ਆ ਜਦੋਂ ਦਰਵਾਜ਼ਾ ਉਹਨੇ ਕਰਦਾ ਸੁੱਟਦਾ ਬੰਦ ਤੇ ਤੁਸੀਂ ਸਾਧੂ ਵਾਂਗ ਫਿਰ ਗੀਤ ਗਾਉਣਾ ਜਦੋਂ ਦਰਵਾਜ਼ਾ ਬੰਦ ਹੋ ਗਿਆ ਬਾਹਰ ਖੜੇ ਕੁਛ ਖਾਵਾਂ ਇਹ ਨਿੱਕੇ ਨਿੱਕੇ ਜਦੋਂ ਹੁੰਦੇ ਸੀ ਏਦਾਂ ਪਤਾ ਨੀ ਲੱਗਦਾ ਕੀ ਕਹਿੰਦੇ ਬੋਲ ਸ਼ਬਦ ਤੇ ਏਦਾਂ ਕਹਿੰਦੇ ਤੇ ਜਦੋਂ ਦਰਵਾਜ਼ਾ ਬੰਦ ਹੋ ਗਿਆ ਬਾਹਰ ਖੜੇ ਕੁਛ ਆਹੋ ਹੈਗਾ ਤੈਨੂੰ ਪਛਤਾਵਾਂਗੇ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਹੁਣ ਨਾ ਖੜਕਾਇਆ ਤੇ ਉਹ ਦਿਨ ਫਿਰ ਖੁੱਲਣਾ ਨਹੀਂ ਉਹ ਦਿਨ ਨਹੀਂ ਸਮਝ ਗਿਆ ਹਜੇ ਜੇ ਤੂੰ ਖੜਕਾਵੇਂ ਤਾਂ ਖੋਲ ਦੇਵੇ ਤਿਆਰ ਆ ਪਹਿਲਾਂ ਖੜਕਾ ਮੈਂ ਖੋਲਾਂਗਾ ਹਾਲੇਲੂਯਾ ਹਾਲੇਲੂਯਾ ਪਰ ਇੱਕ ਦਿਨ ਤੂੰ ਫੜਕਾਉਣਾ ਕੀ ਕਰਨਾ ਜੇ ਤੂੰ ਆਪਣਾ ਸਿਰ ਨੀ ਆਹ ਜੇ ਤੇ ਵਧੀਆ ਸਿਰ ਤੂੰ ਬਿੰਦੀ ਲਾਈ ਹੋਈ ਆ ਵਧੀਆ ਸੋਹਣੇ ਤੈਨੂੰ ਪਤਾ ਮੈਂ ਤਾਂ ਆਉਂਦੀ ਹੁੰਦੀ ਮੈਂ ਤਾਂ ਸੀਟ ਬਿਲਕੁਲ ਇੱਕ ਨੰਬਰ ਤੇ ਆਉਂਦੀ ਤੈਨੂੰ ਪਤਾ ਨੀ ਪਾਸਟਰ ਤੋਂ ਪੁੱਛ ਕੇ ਦੇਖੋ ਤਾਂ ਇੰਨੇ ਸਾਲਾਂ ਨੂੰ ਗੁਲਾਮ ਕੰਮ ਕਰਦੀ ਪਰ ਉਹ ਕਹਿੰਦਾ ਮੈਂ ਤੈਨੂੰ ਜਾਣਦਾ ਨਹੀਂ ਆ ਕਿਉਂ ਨਹੀਂ ਜਾਣਦਾ ਕਿ ਤੂੰ ਮੇਰੇ ਕੋਲੋਂ ਮੰਗੇ ਨਹੀਂ ਤੂੰ ਲੱਭਿਆ ਨਹੀਂ ਹੁਣ ਲੱਭੀ ਕੀ ਹੋ ਦੱਸੋ ਸੂਰਾਂ ਦੀ ਗੱਲ ਫਿਰ ਪੁਆਇੰਟ ਆ ਗਿਆ ਅੱਛਾ ਬਈ ਹੈਲੋ ਲੱਭੀ ਨਹੀਂ ਕਿਹੜੀ ਚੀਜ਼ ਆ ਸਸਤੀ ਵੀ ਕੀਮਤੀ ਲੱਭੀ ਵੀ ਕਿਹੜੀ ਚੀਜ਼ ਆ ਕੀਮਤੀ ਅਸੀਂ ਵੀ ਲੱਭਣ ਲੈ ਮੋਤੀ ਸੂੜਾ ਅੱਗੇ ਕਿਉਂਕਿ ਸਾਨੂੰ ਇਹ ਕੀਮਤੀ ਨਹੀਂ ਲੱਗਦਾ ਬੋਲੋ ਸਾਨੂੰ ਇਹ ਕੀਮਤੀ ਕਾਸ਼ ਮੈਨੂੰ ਕਲਾਮ ਦੀ ਕੀਮਤ ਦਾ ਪਤਾ ਲੱਭੀ ਕੀਮਤੀ ਚੀਜ਼ ਲੋਕੀ ਲੱਭਦੇ ਤੇ ਜਿਹਨਾਂ ਨੂੰ ਇਹਦੀ ਕੀਮਤ ਦਾ ਪਤਾ ਨਾ ਉਹ ਇੱਥੇ ਹੀ ਰੱਖਦੇ ਉਹ ਇੱਦਾਂ ਰੱਖਦੇ ਤੇ ਜਿਹਨਾਂ ਨੂੰ ਕੀਮਤ ਦਾ ਨਹੀਂ ਪਤਾ ਐਤਵਾਰ ਨੂੰ ਚਾਰ ਪਾਦਰੀ ਨੇ ਕਿਹਾ ਸੀ ਜੇ ਬਾਈਬਲ ਨਾ ਹੋਈ ਤੇ ਅੰਦਰ ਨਹੀਂ ਜਾਣਦੇ ਤੇ ਜੇ ਮੈਂ ਅੰਦਰ ਨਾ ਕੀਤੇ ਦੁਆ ਕਿੱਦਾਂ ਕਰਾਉਂ ਕੀ ਕਰੀਏ ਦੱਸ ਕੀਮਤੀ ਚੀਜ਼ ਲੱਭੀ ਜਾਂਦੀ ਕਿਹੜੀ ਚੀਜ਼ ਕੀਮਤੀ ਸਾਰੇ ਬੋਲੋ ਕਿਹੜੀ ਚੀਜ਼ ਲੱਭੀ ਜਾਂਦੀ ਕੀਮਤੀ ਤੇ ਬਚਨ ਤੋਂ ਉੱਪਰ ਕਿਸੇ ਚੀਜ਼ ਦੀ ਕੀਮਤ ਉਹਨੇ ਤਿੰਨ ਸ਼ਬਦ ਬੋਲੇ ਸੁਣੋ ਉਹਨੇ ਬਚਨ ਦੇ ਤਿੰਨ ਸ਼ਬਦ ਬੋਲੇ ਜ਼ਮੀਨ ਬਣ ਚੱਲ ਕੀ ਬੋਲੇ ਸ਼ਬਦ ਬੋਲੇ ਤੇਰੀ ਮੁਸ਼ਕਲ ਜ਼ਮੀਨ ਨਾਲ ਜ਼ਿਆਦਾ ਬਣਦੀ ਕੁਆਰੀ ਗਰਭਵਤੀ ਹੋਵੇਗੀ ਦੁਨੀਆ ਦਾ ਕਾਨੂੰਨ ਹੀ ਤੋੜਦਾ ਸਿੱਧੂ ਸਾਹਿਬ ਕਿਉਂਕਿ ਬੱਚਾ ਤੇ ਪੈਦਾ ਇੱਕ ਔਰਤ ਤੇ ਬੰਦੇ ਦੇ ਮਿਲਣ ਦੇ ਨਾਲ ਹੋਣਾ
ਤੇ ਖੁਦਾ ਬੰਦਿਆਂ ਦੇ ਕਾਨੂੰਨ ਚ ਬੱਝਾ ਹੋਇਆ ਬੋਲੋ ਰੱਬ ਬੰਦਿਆਂ ਦੇ ਕਾਨੂੰਨ ਚ ਬੱਝਾ ਹੋਇਆ ਤੂੰ ਚਾਹੁੰਦਾ ਮੈਂ ਬਹੁਤ ਮਿਹਨਤ ਕਰਨੀ ਚਾਹੀਦੀ ਤੂੰ ਕਹਿੰਦਾ ਕੰਮ ਛੱਡ ਕੇ ਵੀ ਮਿਹਨਤ ਦਿਨ ਰਾਤ ਮਿਹਨਤ ਮੈਂ ਕੁਛ ਬਣ ਜੂ ਨਹੀਂ ਬਣ ਸਕਦਾ ਕਿਉਂਕਿ ਬਣਾਉਣ ਵਾਲਾ ਖੁਦਾ ਬੈਠਾ ਹਾਲੇਲੂਯਾ ਕੌਣ ਬੈਠਾ ਹੈ ਪਰਮੇਸ਼ਰ ਬੰਦਿਆਂ ਦੇ ਕਾਨੂੰਨਾਂ ਨਹੀਂ ਚੱਲਦਾ ਬੰਦਿਆਂ ਦਾ ਕਾਨੂੰਨ ਹੈ ਇੱਕ ਔਰਤ ਤੇ ਬੰਦਾ ਮਿਲਣਗੇ ਫਿਰ ਬੱਚਾ ਪੈਦਾ ਹੋਊ ਤੇ ਪਰਮੇਸ਼ਰ ਕਹਿੰਦਾ ਮੈਂ ਪਰਮੇਸ਼ਰ ਹਾਂ ਜਿਹੜਾ ਬੰਦੇ ਕੰਮ ਨਹੀਂ ਕਰ ਸਕਦੇ ਉਹਨੂੰ ਖੁਦਾ ਕਰਨ ਦੀ ਤਾਕਤ ਹੈ ਉਹ ਕਹਿੰਦਾ ਕੁਵਾਰੀ ਤੋਂ ਪੈਦਾ ਹੋ ਹੁਣ ਦੱਸੋ ਵੀ ਕੁਵਾਰੀ ਤੋਂ ਕਿੱਦਾਂ ਪੈਦਾ ਕਰਤਾ ਉਹਨੇ ਉਹਨੇ ਦੇਖਿਆ ਵੀ ਜੇ ਮੈਂ ਮਿੱਟੀ ਤੋਂ ਬਣਾ ਸਕਦਾ ਇਹ ਤੋਂ ਸਰ ਉਹ ਕਿੱਥੋਂ ਬਣਾ ਸਕਦਾ ਤੇ ਪਰਮੇਸ਼ਰ ਜਿਹੜੀ ਚੀਜ਼ ਤੋਂ ਮਰਜ਼ੀ ਬਣਾ ਸਕਦਾ रब ते दास रखो तेरे काम नु शायद बंदे नहीं कर सकते तेरी मुश्किल दा शायद बंदिया कोल हल पर तेरी मुश्किल दा हल परमेश्वर दे कोल है आमीन हालेलुया 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 पढ़ो पढ़ो दोबारा हां फड़काओ ता तुम्हारे लिए खोलिया जावेगा हां क्योंकि हरेक मंगण वाला पा लेंदा है किन्ने जने बोलो एक ही ना हरेक ਸਾਰੇ ਬੋਲੋ ਕਿੰਨਿਆਂ ਨੂੰ ਕਿਹਾ ਬੋਲਦੇ ਬੋਲੋ ਕਿੰਨਿਆਂ ਨੂੰ ਕਿਹਾ ਦੱਸੋ ਕਿਹਨੂੰ ਕਿਹਨੂੰ ਮਿਲਣਾ ਸਾਰਿਆਂ ਨੂੰ ਮੰਗਣ ਵਾਲੇ ਅਮਰੀਕਾ ਲਿਖਿਆ ਕਿਹਨੂੰ ਕਿਹਨੂੰ ਮਿਲਣਾ ਜੇ ਤੁਸੀਂ ਸੌ ਚੋਂ ਦਸ ਜਿਹੜੇ ਬੋਲਦੇ ਕਿੰਨਿਆਂ ਨੂੰ ਮਿਲਣਾ ਦਸ ਨੂੰ ਫਿਰ ਦੱਸਿਆ ਉਹਨੇ ਮਿਲਣਾ ਦੁਬਾਰਾ ਪੜੋ ਸਮਝੋ ਗੱਲ ਨੂੰ ਹਾਂ ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਤੁਹਾਡੇ ਵਿੱਚੋਂ ਹਰੇਕ ਜਨ ਜਿਹੜਾ ਮੰਗੂਗਾ ਉਹ ਪਾ ਲਊਗਾ ਹਾਲੇਲੂਯਾ खड़कौन वाले ने खोलिया जावेगा क्योंकि हरेक मंगण वाला पा लेंदा है प्रभु ने जान कितने सारे कहता हरेक मंगण वाला पा लेंदा है हरेक मंगण वाला पा लेंदा है ਅਤੇ ਢੂੰਡਣ ਵਾਲੇ ਨੂੰ ਲੱਭਦਾ ਹੈ ਇਹਦੇ ਵਿੱਚੋਂ ਵੀ ਲੱਭੋਗੇ ਤੁਹਾਨੂੰ ਮਿਲ ਜਾਵੇਗਾ ਹਰੇਕ ਢੂੰਡਣ ਵਾਲਾ ਪਾ ਲੈਂਦਾ ਹੈ ਹਾਂ ਅਤੇ ਖੜਕਾਉਣ ਵਾਲੇ ਲਈ ਖੋਲਿਆ ਜਾਵੇਗਾ ਖੜਕਾਉਣ ਵਾਲੇ ਲਈ ਖੋਲਿਆ ਜਾਵੇਗਾ ਉਹ ਖੜਕਾਉਣ ਵਾਲੇ ਲਈ ਖੋਲਿਆ ਜਾਵੇਗਾ ਜਦੋਂ ਤੁਹਾਡਾ ਦਰਵਾਜ਼ਾ ਬੰਦ ਹੁੰਦਾ ਤੁਹਾਨੂੰ ਬੜੀ ਆਸ ਹੁੰਦੀ ਮੇਰੀ ਮਾਂ ਨੇ ਹੋਣਾ ਸੀ ਕੀ ਹੋਣਾ ਸੀ ਮਾਂ ਬੋਲਦੀਆਂ ਨੇ ਬੋਲੋ ਜਿਹੜੀ ਮਾਂ ਹੈਗੀ ਬੋਲਦੀ ਕੁਝ ਗਲਤ ਬੋਲੂਗਾ ਫਿਰ ਮੈਂ ਅਦਾ ਬੂਆ ਕਿੱਦਾਂ ਬੜਾ ਆਸ ਹੈ ਕਿੰਨੇ ਹੋਣਾ ਮਾਂ ਬੂਆ ਜਦੋਂ ਵੀ ਖੜਦਾ ਤੁਹਾਨੂੰ ਕੀ ਲੱਗਦਾ ਕੌਣ ਆ ਗਈ ਮਾਂ ਜਦੋਂ ਤੇ ਕਹੀ ਬੂਆ ਖੋਜਾ ਤੂੰ ਕਿਸ ਲੈਣ ਵਾਲਾ ਆ ਫਿਰ ਕਿਉਂਕਿ ਤੈਨੂੰ ਸਾਰਿਆਂ ਨੇ ਖੋਲਣਾ ਪਰ ਕਿੰਨਿਆਂ ਨੇ ਸਾਰਿਆਂ ਨੇ ਮੈਂ ਕਿਉਂ ਗੱਲ ਨਹੀਂ ਸੁਣੋ ਦਰਵਾਜ਼ਾ ਜਦੋਂ ਵੀ ਖੜਕਾਇਆ ਜਾਣਾ ਜਿਹਨੇ ਵੀ ਖੜਕਾਇਆ ਹੋਵੇ ਮਾਲਕ ਨੂੰ ਕੀ ਕਰਨਾ ਪੈਣਾ ਖੋਲਣਾ ਪੈਣਾ ਜੇ ਚੋਰ ਵੀ ਆ ਹੁੰਦਾ ਵੀ ਕੀ ਕਰਨਾ ਖੋਲਣਾ ਪੈਣਾ ਥੋੜੀ ਨਾ ਕੋਣ ਆਇਆ ਬਾ ਜੇ ਕੋ ਦੇਣ ਆਇਆ ਤਾਂ ਵੀ ਕੀ ਕਰਨਾ ਬੜਾ ਖੋਲਣਾ ਪੈਣਾ ਜੇ ਕੋ ਲੈ ਕੇ ਤਾਂ ਵੀ ਕੀ ਕਰਨਾ ਖੋਲਣਾ ਪੈਣਾ ਬੋਲੋ ਖੋਲਣਾ ਪੈਣਾ ਨਾ ਹਾਂਜੀ ਇਹ ਗੱਲ ਦੇ ਪੱਲੇ ਬੰਨ ਲਓ ਜੇ ਤੁਸੀਂ ਦਰਵਾਜ਼ਾ ਖੋਲੋਗੇ ਉਹ ਵੀ ਖੋਲੋ ਖੜਕਾਓਗੇ ਉਹ ਵੀ ਖੋਲੇਗਾ ਪਾਪੀ ਖੜਕਾਵੇਗਾ ਤਾਂ ਵੀ ਕੀ ਕਰੇਗਾ ਖੋਲੇਗਾ ਧਰਮੀ ਖੜਕਾਵੇਗਾ ਤਾਂ ਵੀ ਕੀ ਕਰੇਗਾ ਖੋਲੇਗਾ ਡਾਕੂ ਨੇ ਦਰਵਾਜ਼ਾ ਖੜਕਾਇਆ ਕਹਿੰਦਾ ਪ੍ਰਭੂ ਜੀ ਮੈਨੂੰ ਵੀ ਸਵਰਗ ਚ ਯਾਦ ਤੇ ਪ੍ਰਭੂ ਕਹਿੰਦਾ ਅੱਜ ਹੀ ਹੋਵੇਗਾ ਹਾਲੇਲੂਯਾ ਕਦੋਂ ਹੋਵੇਗਾ ਅੱਜ ਹੀ ਸਾਰੇ ਬੋਲੋ ਕਦੋਂ
अज ही उठे हो जरा डाकू नू कह सकता अज ही तू मेरे स्वर्ग राज में छोड़ेगा तेन कि कहेगा कल आई तेन मंगना नहीं आ डाकू की कहानी पढ़ लो जाके तरीका मंगन का जे तुसी स्वर्ग राज दा सुख पाउणा ना जे तुहानू चीजां चो सुख नहीं मिलिया परिवार चो सुख नहीं मिलिया पैसा कमा के भी सुख नहीं मिलिया घर बना के भी सुख नहीं मिलिया तो डाकू की कहानी जाके पढ़ो फिर सही सुख कितना मिले पहले उन्हें क्या आया असी डाकू हाँ असी की हाँ असी की हाँ असी बथेरा बाजारा च घूमे पर सुख मिले सुख तो यीशु दे कोल ही सुख तेनू स्वर्ग विचों मिल जिहड़ा खड़काउंदा है उहदे लई खोलिया जांदा हालेलुया मैं तुहानूं सिखाउण दी कोशिश कीती वी तुहाडे घर कोई भी बुआ खड़कावे तुहानूं की करना पैणा चाहे तुहानूं पैसे देण आया होवे चाहे लैण वाला होवे तुहानूं बुआ की करना पैणा इह गल कितनी का औखी सिखणी वी जदों वी तुसीं प्रभु दा दरवाजा खड़काउंगे तुसीं जिद्दां दे वी हैगे आ ਉਹਨੂੰ ਕੀ ਕਰਨਾ ਪੈਣਾ ਖੋਲਣਾ ਪੈਣਾ ਜਦੋਂ ਖੋਲੂਗਾ ਪੁੱਛੂਗਾ ਹਾਂਜੀ ਕੀ ਗੱਲ ਆ ਤੁਸੀਂ ਦੱਸੋਗੇ ਪ੍ਰਭੂ ਜੀ ਮੈਨੂੰ ਪ੍ਰੋਬਲਮ ਆ ਉਹਨੇ ਕਹਣਾ ਜਾ ਚੰਗੀ ਹੋ ਜਾ ਹਾਲੇਲੂਯਾ ਪ੍ਰਭੂ ਜੀ ਮੈਨੂੰ ਆਹ ਚੀਜ਼ ਚਾਹੀਦੀ ਉਹਨੇ ਕਹਣਾ ਜਾ ਹਾਲੇਲੂਯਾ ਉਹਨੇ ਕਦੇ ਕਿਸੇ ਨੂੰ ਨਹੀਂ ਕਿਹਾ ਵੀ ਨਹੀਂ ਦੇਣਾ ਕਿਹਾ ਤਾਂ ਨਹੀਂ ਉਹਨੇ ਡਾਕੂ ਲੁੱਟਿਆਂ ਦੇ ਫੰਗਿਆਂ ਨੂੰ ਵੈਸ਼ਵਾਵਾਂ ਨੂੰ ਉਹਨੇ ਮਨਾ ਨਹੀਂ ਕੀਤਾ ਉਹਨਾਂ ਨੇ ਜੋ ਚਾਹਿਆ ਖੁਦਾ ਦੇ ਕੋਲੋਂ ਪਾ ਹਾਲੇਲੂਯਾ ਅੱਜ ਤੁਹਾਡੀ ਵਾਰੀ ਹੈ ਤੁਸੀਂ ਵੀ ਮੰਗੋ ਤੁਸੀਂ ਵੀ ਖੜਕਾਓ ਤੁਸੀਂ ਵੀ ਢੂੰਡੋ ਤੁਹਾਨੂੰ ਵੀ ਮਿਲ ਜਾਣਗੇ ਪੜ੍ਹੀ ਅੱਗੇ ਹਾਂ ਅਤੇ ਢੂੰਡਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲਿਆ ਜਾਵੇਗਾ ਖੜਕਾਉਣ ਵਾਲੇ ਲਈ ਖੋਲਿਆ ਜਾਵੇਗਾ ਜਾਂ ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਹਾਲੇਲੂਯਾ ਹਾਲੇਲੂਯਾ ਪਤਾ ਲੱਗ ਗਿਆ ਹਾਂਜੀ ਇੱਕ ਦਿਨ ਹੋਰ ਪੜ੍ਹੀਏ ਯਸ਼ਾਇਆ ਨਾਥ ਬਾਬੂ ਦੀ ਪਹਿਲੀ ਆ ਤੋਂ ਦੋ ਤਿੰਨ ਸਾਲ ਦਾ ਪੜ੍ਹਨੀ ਹੈ ਯਸ਼ਾਇਆ 5:9 59 ਚੈਪਟਰ ਉਹਦੀ ਪਹਿਲੀ ਆ ਤੋਂ ਦੋ ਤਿੰਨ ਨਾ ਪੜ੍ਹਨੀ ਆ ਉਹ ਸਮਝ ਲੱਗ ਗਈ ਹਾਂਜੀ ਸੁੱਤੀਆਂ ਪਈਆਂ ਹਾਲੇਲੂਯਾ ਹਾਲੇਲੂਯਾ ਹੱਥ ਕੇ ਤਾਂ ਕਰਕੇ ਤਾੜੀ ਮਾਰੋ ਤਾਂ ਦੇਖਣ ਜਾਗਦੀਆਂ ਅਈਆ ਚੰਗਾ ਪਰਮੇਸ਼ਰ ਹਾਲੇਲੂਯਾ ਉਹ ਆਪ ਹੀ ਕਹਿੰਦਾ ਮੈਂ ਖੜਕਾਉ ਪੂਰਾ ਮੈਂ ਕੀ ਕਰ ਦੂੰ ਆਪ ਹੀ ਕਹਿੰਦਾ ਪੂਰਾ ਖੜਕਾਉ ਮੈਂ ਕੀ ਕਰ ਦੂੰ ਉਹ ਮੈਂ ਤੁਹਾਨੂੰ ਮਿਲ ਮਿਲ ਜੂਗਾ ਫਿਰ ਪੜ੍ਹੀ ਹਾਂ ਸੁਣੀਏ ਵੇਖ ਯਹੋਵਾ ਦਾ ਹੱਥ ਛੋਟਾ ਨਹੀਂ ਆਹਾ ਹਾਂ ਪਈ ਉਹ ਬਚਾਵੇ ਨਾ ਸੁਣੋ ਮੇਰੀ ਗੱਲ ਉਹਦਾ ਪੂਰਾ ਖੜਕਾਉਂਗੇ ਹਾਂਜੀ ਮੇਰਾ ਗੱਲਾਂ ਦਾ ਤੁਹਾਨੂੰ ਮੈਂ ਬੰਦ ਕਰ ਦਿੰਦਾ ਫਿਰ ਅੱਧ ਵਿੱਚੋਂ ਨਾ ਜਾਏ ਤੁਸੀਂ ਦਰਵਾਜ਼ਾ ਖੜਕਾਇਆ ਪ੍ਰਭੂ ਨੇ ਖੋਲਿਆ ਕੀ ਕੀਤਾ ਖੋਲਿਆ ਤੁਸੀਂ ਆਪਣੀ ਮੁਸ਼ਕਲ ਦੱਸੀ ਖੁਦਾ ਕਹਿੰਦਾ ਮੇਰਾ ਹੱਥ ਛੋਟਾ ਨਹੀਂ ਹੈ ਹਾਲੇਲੂਯਾ ਮੇਰਾ ਹੱਥ ਛੋਟਾ ਨਹੀਂ ਹੈ ਸੁਣੋ ਸਿੱਧੂ ਸਾਹਿਬ ਮੇਰਾ ਹੱਥ ਤੇਰੇ ਲਈ ਬਰਕਤ ਲਈ ਛੋਟਾ ਮੇਰਾ ਦੇਖੋ ਮੇਰਾ ਹੱਥ ਤੇਰੇ ਲਈ ਬਰਕਤ ਲਈ ਛੋਟਾ ਨਹੀਂ ਆ ਤੇ ਨਾ ਤੇਰੇ ਬੈਰੀਆਂ ਦੇ ਨਾਸ਼ ਕਰਨ ਲਈ ਛੋਟਾ ਮੇਰਾ ਹੱਥ ਉਦੋਂ ਵੀ ਵੱਡਾ ਹੈ ਜਦੋਂ ਤੇਰਾ ਬੈਰੀ ਵੱਡਾ ਹੋਵੇ ਉਹਦੇ ਨੂੰ ਵੀ ਮੇਰਾ ਹੱਥ ਵੱਡਾ ਨਿਬੜ ਲੂਗਾ ਹਾਲੇ ਇਹ ਵੱਡੀ ਮੁਸ਼ਕਲ ਦੇ ਨਾਲ ਵੀ ਮੇਰਾ ਵੱਡਾ ਹੱਥ ਹੈ ਹਾਲੇ ਲੋਹੀਆ ਕਹਿੰਦਾ ਤੈਨੂੰ ਇਸ ਹੱਥ ਦੇ ਨਾਲ ਮੈਂ ਸਮੁੰਦਰ ਦੇ ਵਿੱਚੋਂ ਦੀ ਕੱਢਾਂਗਾ ਤੇ ਬੈਰੀ ਇਸੇ ਹੀ ਹੱਥ ਨਾਲ ਸਮੁੰਦਰ ਦੇ ਵਿੱਚ ਮਾਰਾਂਗਾ ਹਾਲੇ ਹਾਲੇ ਲੋਹੀਆ ਕਿਉਂਕਿ ਮੇਰਾ ਹੱਥ ਛੋਟਾ ਨਹੀਂ ਬੋਲੋ ਮੇਰਾ ਹੱਥ ਛੋਟਾ ਨਹੀਂ ਸਾਰੇ ਵੀ ਬੋਲਦੇ ਬੋਲੋ ਮੇਰਾ ਹੱਥ ਛੋਟਾ ਨਹੀਂ ਜਦੋਂ ਤੈਨੂੰ ਸੱਟ ਲੱਗੇਗੀ ਜਦੋਂ ਤੈਨੂੰ ਠੋਕਰ ਲੱਗੇਗੀ ਮੇਰਾ ਹੱਥ ਛੋਟਾ ਨਹੀਂ ਹੈ ਮੈਂ ਤੈਨੂੰ ਹੱਥਾਂ ਦੇ ਚੁੱਕ ਲਵਾਂਗਾ ਹਾਲੇਲੂਯਾ 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 ਜਦੋਂ ਬੈਰੀ ਚੜ ਕੇ ਆਵੇਗਾ ਜਦੋਂ ਦੁਸ਼ਮਣ ਚੜ ਕੇ ਆਵੇਗਾ ਮੈਂ ਤਕੜੇ ਹੱਥ ਦੇ ਨਾਲ ਉਹਨਾਂ ਦਾ ਸਾਹਮਣਾ ਕਰਾਂਗਾ ਹਾਲੇਲੂਯਾ
ਉਹੀ ਹੱਥ ਦੀ ਗੱਲ ਕਰਦਾ ਜਿਹਦੇ ਨਾਲ ਮੈਂ ਤੈਨੂੰ ਬਣਾਇਆ ਹੋਇਆ। ਉਸੇ ਹੱਥ ਦੀ ਗੱਲ ਕਰਦਾ ਜਿਹਦੇ ਨਾਲ ਮੈਂ ਤੈਨੂੰ ਏਦਾਂ ਦੀ ਆਸ ਰੱਖ। ਕਦੇ ਪ੍ਰੋਬਲਮ ਵਿੱਚ ਸਾਨੂੰ ਏਦਾਂ ਯਾਦ ਕਰਨਾ ਚਾਹੀਦਾ ਆ, ਉਹਦਾ ਹੱਥ ਛੋਟਾ ਨਹੀਂ, ਉਹਦਾ ਹੱਥ ਛੋਟਾ ਨਹੀਂ। ਓ ਗੋਡ ਹਾਲੇ ਦੁਸ਼ਮਣ ਚੜ੍ਹ ਕੇ ਆ ਗਿਆ ਪਿੱਛੇ। ਹੈਲੋ, ਇਸਰਾਇਲੀਆਂ ਦੇ ਪਿੱਛੇ ਦੁਸ਼ਮਣ ਚੜ੍ਹ ਕੇ ਆ ਗਿਆ। ਦੇਖਿਆ ਪਰਮੇਸ਼ਰ ਬਾਬ ਰੋਲਾ ਬਣ ਕੇ, ਤੂਫਾਨ ਬਣ ਕੇ ਆਪਣੇ ਲੋਕਾਂ ਦੀ ਰਾਖੀ ਨਹੀਂ, ਤੂਫਾਨ ਰਾਖੀ ਵਾਸਤੇ ਖੁਦਾ ਨੇ ਦਿਖਾਇਆ। ਦੇਖੋ ਸਮੁੰਦਰ ਚੀਰ ਹੁੰਦਾ, ਦੇਖੋ ਸਮੁੰਦਰ ਵਿੱਚੋਂ ਦੀ ਲੰਘ ਜਾਓ, ਉਹਨਾਂ ਦੀ ਅੱਖਾਂ ਦੇ ਪਾਤੀ ਮਿੱਟੀ ਉਹ ਤੇਰੀ ਬਰਕਤ, ਤੇਰੀ ਖੁਸ਼ੀ, ਤੇਰਾ ਆਨੰਦ ਤੇਰੇ ਮੂੰਹ ਚ, ਤੇਰੇ ਹੱਥ ਚ। ਹਾਲੇਲੂਯਾ, ਇਹ ਜਿੱਦਣ ਮਰਜ਼ੀ ਤੁਸੀਂ ਲੈਣਾ, ਤੁਹਾਡੇ ਕੋਲ ਕੰਮ। ਬਾਈਬਲ ਖੋਲ ਕੇ ਲੱਭਿਆ ਕਰੋ, ਲੱਭਿਆ ਕਰੋ ਵਿੱਚੋਂ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਲੱਭ ਜੂ, ਜਿਹਦੇ ਵਿੱਚ ਕੋਸ਼ਿਸ਼ ਕਰੋ ਲੱਭਣ ਦੀ, ਲੱਭੂਗਾ ਦੇ ਵਿੱਚੋਂ ਸਾਰਾ ਕੁਝ। ਹਾਲੇਲੂਯਾ, ਪੜ੍ਹੀਏ। ਹਾਂ, ਵੇਖ ਯਹੋਵਾ ਦਾ ਹੱਥ ਛੋਟਾ ਨਹੀਂ, ਵੇਖੋ ਯਹੋਵਾ ਦਾ ਹੱਥ ਛੋਟਾ ਨਹੀਂ, ਭਈ ਉਹ ਬਚਾਵੇ ਨਾ, ਉਹ ਬਚਾਵੇ ਨਾ, ਉਹਦੇ ਕੰਨ ਭਾਰੀ ਨਹੀਂ, ਉਹਦੇ ਕੰਨ ਭਾਰੀ ਨਹੀਂ। ਸਾਰੇ ਬੋਲੋ, ਉਹਦੇ ਕੰਨ ਭਾਰੀ ਨਹੀਂ। ਹਾਂ, ਉਹਦੇ ਕੰਨ ਭਾਰੀ ਨਹੀਂ ਭਈ ਉਹ ਸੁਣੇ ਨਾ। ਉਹਦੇ ਕੰਨ ਭਾਰੇ ਆ ਨਹੀਂ, ਕੰਨਾਂ 'ਚ ਪਾਣੀ ਪਿਆ ਹੋਇਆ ਨਹੀਂ, ਬੋਲਾ ਗੁੰਗਾ ਨਹੀਂ। ਅਸੀਂ ਬੋਲੇ ਨੀ, ਲਿਖਿਆ ਅਸੀਂ ਉਹਦੇ ਕੰਨ ਭਾਰੀ ਨਹੀਂ ਭਈ ਉਹ ਸੁਣੇ ਨਾ, ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਵਰ ਵਿੱਚ ਜੁਦਾਈ ਪਾ ਦਿੱਤੀ ਹੈ। ਹਲੇਲੂਯਾ, ਹਲੇਲੂਯਾ। ਹੱਥ ਵੱਡਾ ਹੈ, ਹੱਥ ਕੀ ਹੈ ਵੱਡਾ, ਤੁਹਾਨੂੰ ਬਚਾ ਸਕਦਾ, ਕੰਨ ਵੀ ਬਿਲਕੁਲ ਠੀਕ ਹੈ, ਤੁਹਾਡੀ ਪ੍ਰਾਰਥਨਾ ਸੁਣ ਸਕਦੇ, ਕੀ ਕਰ ਸਕਦੇ, ਸੁਣ ਸਕਦੇ। ਫਿਰ ਸੁਣ ਕਿਉਂ ਨਹੀਂ ਹੋਣੇ, ਉਹਦਾ ਹੱਥ ਬਚਾ ਕਿਉਂ ਨਹੀਂ ਰਿਹਾ, ਕਿਉਂਕਿ ਵਿੱਚ ਤੁਹਾਡੀਆਂ ਬਦੀਆਂ। ਸਰ ਰੋਤੀ ਹੈ ਬਦੀਆਂ, ਜਿਹੜੀਆਂ ਬਦੀ ਉਹ ਬੋਲੋ, ਤੁਹਾਡੀ ਪ੍ਰਾਰਥਨਾ ਨਹੀਂ ਸੁਣੀ ਗਈ ਕਿਉਂਕਿ ਵਿੱਚ ਮੇਰੇ ਕੀ ਸੀ ਬਦੀ। ਤੇਰੀ ਦੁਆ ਨਹੀਂ ਸੁਣੀ ਜਾਣੀ ਕਿਉਂਕਿ ਬਦੀ ਹੈ, ਕੀ ਹੈ ਬਦੀ, ਸਭ ਲੋਕ ਕੀ ਹੈ ਬਦੀ। ਉਹਦੇ ਕੰਨ ਨੇ ਤੇਰੀ ਦੁਆ ਸੁਣੀ ਨੀ ਸਿੱਧੂ ਸਾਹਿਬ, ਉਹਦੇ ਕੰਨ ਨੇ ਤੇਰੀ ਤੋਬਾ ਵਾਲੇ ਸ਼ਬਦ ਸੁਣੇ। ਕਿਹੜੇ ਸੁਣਨੇ? ਤੋਬਾ ਵਾਲੇ, ਜਿਹੜੇ ਮੈਂ ਬੋਲਣੇ ਨਹੀਂ। ਮੈਂ ਕੋਈ ਤੋਬਾ ਕਰਾਂ, ਮੈਂ ਕਿਸੇ ਕੋਲ ਦੁਆ ਕਰਵਾ ਲੂੰ, ਇਹ ਵੀ ਠੀਕ ਹੈ ਸਰ, ਮੈਨੂੰ ਤੋਬਾ ਕਰਨ ਦੀ ਲੋੜ ਨਹੀਂ, ਮੈਂ ਕਿਸੇ ਕੋਲ ਕੀ ਕਰਵਾ ਲੂੰਗੀ, ਤੇ ਮੈਨੂੰ ਆ ਕੇ ਦੱਸ ਦੇ ਵੀ ਤੋਬਾ ਤੋਂ ਬਗੈਰ ਬਰਕਤ ਪਾਈ ਆ ਪਾਦਰੀ ਵਾਲਾ, ਐਵੇਂ ਕੋਈ ਰੌਲਾ ਪਾਉਂਦਾ ਨਹੀਂ, ਮੈਂ ਨਾ ਕਿਤੇ ਗੱਲ ਕਰੂੰ, ਤੂੰ ਬਰਕਤ ਆਉਂਦੀ ਕਿੱਦਾਂ, ਮੈਂ ਦੱਸਣ ਦੱਸੂਗਾ ਵੀ ਗਈ ਕਿੱਧਰ ਨੂੰ, ਫਿਰ ਬਾਅਦ ਵਿੱਚ ਉਦੋਂ ਮੈਂ ਤੈਨੂੰ ਪੁੱਛੂੰਗਾ। ਜਿਹਨੂੰ ਤੂੰ ਬਰਕਤ ਕਹਿੰਦਾ ਉਹ ਬਰਕਤ ਨਹੀਂ ਗੀ, ਉਹ ਸ਼ੈਤਾਨ ਦਾ ਝਾਂਸਾ ਆ, ਤੈਨੂੰ ਖਰੀ ਸਿੱਖਿਆ ਤੋਂ ਇੱਧਰ ਲੈ ਕੇ ਆਉਣ ਲਈ। ਮੈਂ ਤੈਨੂੰ ਤੇਰੀ ਦੂਜੇ ਚੌਥੇ ਦਿਨ ਪੁੱਛੂਗਾ, ਹੁਣ ਦੱਸ ਬਰਕਤ ਕਿੱਥੇ ਗਈ, ਕਿਉਂਕਿ ਕਲਾਮ ਦਾ ਇਹ ਕਹਿੰਦਾ ਸੀ
ਉਹ ਜਿਹਨੂੰ ਖੁਸ਼ੀ ਆਨੰਦ ਦੇਵੇ ਕੋਈ ਖੋਲ ਨਹੀਂ ਸਕਦਾ। ਉਹਨੇ ਚਲੇ ਕਿਦਾਂ ਗਏ? ਉਹ ਕਿ ਤੂੰ ਤਾਂ ਮਾਮਦਾਸ ਨੂੰ ਲੈ ਕੇ ਆਉਣੀ ਨਾ, ਕਲਾਮ ਝੂਠਾ ਨਹੀਂ ਹੋ ਸਕਦਾ ਕਦੇ। ਉਹਦੇ ਕੰਨ ਭਾਰੀ ਨਹੀਂ ਪਈ ਉਹ ਸੁਣੇ ਨਾ, ਉਹਦੇ ਕੰਨ ਭਾਰੇ ਨਹੀਂ ਕਿ ਤੇਰੀ ਦੁਆ ਨਾ ਸੁਣਦੇ। ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ, ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਵਰ ਵਿੱਚ, ਤੁਹਾਡੇ ਪਰਮੇਸ਼ਵਰ ਦੇ ਵਿੱਚ ਜੁਦਾਈ ਪਾ ਦਿੱਤੀ ਹੈ। ਨਾਲੇ ਬੰਦੇ ਤੇ ਖਰਚਾ ਪਾ ਖਾਣਾ ਪੀਣਾ ਵੀ ਉਹਦੇ ਪੈਸੇ ਨਹੀਂ ਸਮਝਦੇ ਹੁੰਦਾ ਕੀ ਏਦਾਂ ਖਾਣਾ ਪੀਣਾ ਵੀ ਕਿਉਂ ਲੈਣਾ ਉਹ ਫਿਰ ਕਿੰਨੇ ਕੁ ਦਿੰਦਾ ਉਹ ਕਹਿੰਦਾ ਜੀ ਮੈਂ ਤਾਂ 1000 ਹੀ ਦੇ ਸਕਦਾ ਇਸ ਤੇ ਲੱਗੇ ਹੋਏ ਰੱਬ ਦਾ ਵਿਰੋਧ ਕਰਕੇ ਉਹ ਤੋਂ ਅਲੱਗ ਹੋ ਕੇ ਜੁਦਾਈ ਪਾਈ ਹੋਈ ਉਹਦੇ ਕੋਲ ਭੀਖ ਮੰਗਣ ਗਏ ਥੋੜਾ ਜਿਹਾ ਦੇ ਦੇ ਬਸ ਇੰਨਾ ਕੁ ਸਾਡਾ ਸੰਤ ਉੱਧਰੋਂ ਉੱਥੇ ਮੈਂ ਦਲ ਚ ਤਲਾਕ ਹੋ ਜਾਣਾ ਫਿਰ ਤੁਹਾਨੂੰ ਦੂਜੇ ਨੇ ਲੈ ਜਾਣਾ ਪਿੱਛੇ ਲਾ ਕੇ ਆਓ ਚੱਲੀਏ ਆ ਜਾਓ ਉੱਧਰ ਸਿੱਧੂ ਮੂਸੇ ਵਾਲਾ ਲੱਗਾ ਦੂਜੇ ਪਰ ਆ ਜਾ ਆਪਣੇ ਵਿਆਹ ਦੀ ਪਾਰਟੀ ਉੱਧਰ ਹੀ ਹੈ ਹਨਾ ਸਿੱਧੂ ਸਾਹਿਬ ਵਿਆਹ ਦੀ ਪਾਰਟੀ ਕਿੱਧਰ ਹੁਣ ਉਹ ਸਿੱਧੂ ਮੂਸੇ ਮੈਂ ਤੈਨੂੰ ਕਹਿਣਾ ਕਿ ਜਦੋਂ ਮੇਰੀ ਗੱਲ ਸਮਝਣ ਦੀ ਜਦੋਂ ਅਸੀਂ ਆਪਣੇ ਪਤੀ ਤੋਂ ਅਲੱਗ ਹੋਏ ਹੋਏ ਸੁਣੋ ਸਿੱਖਣ ਸੁਣੋ ਕਿਆ ਤੁਹਾਨੂੰ ਪੂਰੇ ਪੈਸੇ ਉਹਨੇ ਉਹਨੇ ਸਰਕਾਰ ਕੋਲ ਵੀ ਝੂਠੀ ਬੋਲਣ ਮੇਰੇ ਕੋਲ ਮੈਂ ਕਿੱਥੋਂ ਦਾ ਮੈਂ ਤਾਂ ਇੰਨੇ ਦੇ ਸਕਦਾ ਹੱਸ ਗਏ ਨਾ ਜੁਦਾਈ ਸਾਡੇ ਤੇ ਪਰਮੇਸ਼ਰ ਵਿੱਚ ਕੀ ਪੈ ਗਈ ਕਿਹਦਾ ਕਰਕੇ ਮੇਰੀਆਂ ਬਦੀਆਂ ਦਾ ਕਰਕੇ ਕਿਹਦਾ ਕਰਕੇ ਮੇਰੀਆਂ ਬਦੀਆਂ ਕਰਕੇ ਚਲੋ ਮੇਰੇ ਕੋਲ ਕਿਉਂ ਕੱਲ ਪਰਸੋਂ ਭੈਣ ਫੋਨ ਤੇ ਗੱਲ ਕਰਦੇ ਪਏ ਸੀ ਸੁਣੋ ਧਿਆਨ ਨਾਲ ਲਿਪਸਟਿਕ ਵਾਲੀਆਂ ਬੁੜੀਆਂ ਸੁਣੋ ਤਿਆਰ ਤੁਰ ਹੋ ਕੇ ਆ ਜਾਂਦੀਆਂ ਤੁਸੀਂ ਕਹਿੰਦੀ ਪਾਸਟਰ ਜੀ ਇੱਕ ਗੱਲ ਪੁੱਛਣੀ ਸੀ ਮੈਂ ਕਿਹਾ ਪੁੱਛੋ ਇਹ ਸੋਚਾਂ ਕਿ ਮੈਂ ਉੱਥੇ ਬਾਹਰ ਉੱਥੇ ਮੇਕਅਪ ਨੂੰ ਮੱਛਰ ਵੀ ਖਾਵੇ ਬਹੁਤ ਮੈਂ ਕਿਹਾ ਦੱਸੋ ਕਹਿੰਦੇ ਮੈਨੂੰ ਦੱਸੋ ਵੀ ਜੈਲਸ ਬੰਦੇ ਚੋਂ ਕਿੱਦਾਂ ਨਿਕਲ ਸਕ ਜੈਲਸ ਹੈਲੋ ਜੈਲਸ ਕਿੱਦਾਂ ਨਿਕਲ ਸਕਦੀ ਤੁਸੀਂ ਮੈਂ ਕਹਿੰਦੇ ਹੋ ਪਰ ਉਹ ਇੱਦਾਂ ਕਰਦਾ ਜੈਲਸ ਕਿੱਦਾਂ ਨਿਕਲ ਸਕਦੀ ਇੱਕ ਗੱਲ ਮੈਂ ਪੁੱਛਾਂ ਕਦੋਂ ਤੈਨੂੰ ਸਿਖਾਉਣ ਕਹਿੰਦੇ ਦੱਸੋ ਮੈਂ ਕਿਹਾ ਮਤਲਬ ਮੈਨੂੰ ਇਹ ਦੱਸ ਜਿਹੜਾ ਤੂੰ ਮੇਰੇ ਕੋਲ ਸਵਾਲ ਪੁੱਛਿਆ ਤੈਨੂੰ ਕਿਸੇ ਵਿੱਚ ਜੈਲਸ ਲੱਗਦੀ ਉਹ ਕਢਾਉਣਾ ਚਾਹੁੰਦੀ ਤੂੰ ਆਪਣੀ ਗੱਲ ਕਰਦੀ ਉਹ ਕਹਿੰਦੀ ਪਾਸਟਰ ਜੀ ਸੱਚ ਦੱਸਾਂ ਮੈਂ ਕਹਾਂ ਕਹਿੰਦੀ ਮੈਂ ਆਪਣੀ ਗੱਲ